मिटैना भ्रम की काई
साहिब श्री गुरु ग्रंथ साहब महाराज जी की पावन पवित्र हजूरी में साढ़े छोटे वीर सरदार रणजीत सिंह जी जो कि गुरु घर की सेवा करते हुए सानू शरीफ छोड़ा दे गए उन्हां दी अंतम अरदास में शामिल मूह साहब सिंह जी नूं वाहिगुरु जी का खालसा वाहिगुरु जी की फतेह। अज आप सारे बड़े घरे मन के नाल सज रखा के नाल बनाने लिए इकट्ठे हुए हैं क्योंकि विछोड़ा शब्द ही एक ऐसा शब्द आ जो अंतां की पीड़ा पूरी करे तो फिर प्रकाश सिंह जी का विछोड़ा होनहार पुत का विछोड़ा अपने आप बहुत ही असहज अदह है। इस विछोड़े की पीड़ा को शब्दों का जामा नहीं पहनाया जा सकता इस दर्द को केवल महसूस किया जा सकता है। बहुत ही होनहार नौजवान आगू नौजवानों के दिलों की धड़कन इस इलाके की मैं समझना कि जो एक धार्मिक सेवा करते हुए साथ विछड़िया बहुत ही वड्डा विछोड़ा है जिस वेले बाणा वापरिया है वाहिगुरु जी का खालसा श्री वाहिगुरु जी की जिहा जी लिया तेरा कले आवे नानक आसरे जे महावाक अनुसार अज आप सारे उस विछड़ी रूह जिदे के नहीं कहना सहना कोई शब्द नहीं ऐसे है पिछले दिन एक हादसे जरा कि गुरु महाराज की सेवा कर वापरिया अपना सारा भी पूरा किया ਸੋਕ ਸਮਾਗਮ ਵਿੱਚ ਇਕੱਠੇ ਹੋਏ ਹਾਂ। ਬੜੀ ਹੀ ਮੰਦਭਾਗੀ ਘਟਨਾ ਵਾਪਰੀ ਹੈ ਕਿਉਂਕਿ ਇਹ ਪੁੱਗਰ ਦਾ ਬੱਚਾ ਸੀ ਨੌਜਵਾਨ ਸੀ ਅੱਗੇ ਪਤਾ ਨਹੀਂ ਇਹਨੇ ਕੀ ਕੀ ਤਰੱਕੀਆਂ ਕਰਨੀਆਂ ਸੀ ਅਤੇ ਅਣਸਕਾਰੀ ਘਟਨਾ ਕਾਕਾ ਰਣਜੀਤ ਸਿੰਘ ਜੀ ਅਰਦਾਸ ਦੇ ਬੈਠੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ। ਰੱਜ ਨਾ ਕੋਈ ਜੀਵਿਆ ਪਹੁੰਚ ਨਾ ਚੱਲਿਆ ਕੋਈ ਗਿਆਨੀ ਜੀਵੇ ਸਦਾ ਸਦਾ ਸੁਰਤੀ ਹੀ ਅਤ ਹੋਏ ਸਭ ਕਿਰਤੀ ਛੁੱਟੀ ਨਾਲ ਭਾਈ ਰਣਜੀਤ ਸਿੰਘ ਜੀ ਸੇਵਾ ਕਰਦੇ ਹੋਏ ਅਕਾਲ ਚਲਾਣ ਕਰਦੇ ਹਨ। ਅਸੀਂ ਆਪਣੇ ਪੂਰੇ ਜਥੇ ਵੱਲੋਂ ਪੂਰੀਆਂ ਸੰਗਤਾਂ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ ਅਤੇ ਆਸ਼ੀਰਵਾਦ ਵੀ ਦਿੰਦੇ ਹਾਂ ਕਿ ਮਹਾਰਾਜ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੋ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਵੱਲ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੁਸ਼ੀ ਹੈ ਜੀ ਕਿ ਸਾਡਾ ਲੜਕਾ ਜਿਹੜਾ ਉਹ ਆਗਿਆਕਾਰੀ ਵੀ ਸੀਗਾ ਔਰ ਸੰਸਕਾਰੀ ਵੀ ਸੀਗਾ ਔਰ ਅੰਮ੍ਰਿਤਧਾਰੀ ਵੀ ਸੀਗਾ। ਛੋਟੀ ਉਮਰ ਦੇ ਵਿੱਚ ਉਸਨੇ ਇਹੋ ਜਿਹਾ ਨਾਮ ਕਮਾਇਆ ਉਸਨੇ ਆਪਣਾ ਨਾਮ ਵੀ ਰੋਸ਼ਨ ਕਰ ਗਿਆ ਔਰ ਸਾਡਾ ਨਾਮ ਜਿਹੜਾ ਹੈ ਰੋਸ਼ਨ ਕਰਕੇ ਗਿਆ ਹੈ। ਉਹ ਆਪਣੀ ਕੌਮ ਵਾਸਤੇ ਆਪਣੇ ਪਰਿਵਾਰ ਵਾਸਤੇ ਬਹੁਤ ਕੁਛ ਕਰਕੇ ਗਿਆ। ਮੈਨੂੰ ਬੜੀ ਖੁਸ਼ੀ ਹੈ। ਦੁਨੀਆ ਜਾਂਦੀ ਹੈ ਪਰ ਇਸ ਬੰਦੇ ਨੇ ਸਾਡਾ ਨਾਂ ਰੋਸ਼ਨ ਕਰਿਆ ਆਪਣਾ ਖੁਦ ਦਾ ਨਾਂ ਰੋਸ਼ਨ ਕਰਿਆ ਔਰ ਸਾਡੀ ਸੁੱਤੀ ਕੌਮ ਨੂੰ ਜਗਾ ਕੇ ਗਿਆ ਹੈ। ਸਾਨੂੰ ਬੜੀ ਖੁਸ਼ੀ ਹੈ। ਛੋਟੀ ਉਮਰ ਦੇ ਵਿੱਚ ਬਹੁਤ ਬੜਾ ਕੰਮ ਕਰ ਗਿਆ ਸਾਨੂੰ ਬਹੁਤ ਖੁਸ਼ੀ ਹੈ। ਆਂਟੀ ਰੁਕਿਆ ਯਾਰ ਆਂਟੀ ਜੀ ਰੁਕਿਓ ਇੱਕ ਮਿੰਟ। Thank you.
Yeah.
Thank you.
Thank you.
ਪੱਕੇ ਪੱਕ ਕੇ ਆਪਣੇ ਆਪ ਟਿੱਕੇ ਨਾ ਜਦੋਂ ਜਦੋਂ ਪੱਕੇ ਰਿਹਾ ਫਲ ਕਹਿੰਦੇ ਆ ਨਾਲੇ ਤੇ ਉਖਾੜ ਵਿੱਚ ਸਵਾਦ ਤੇ ਦੂਜੀ ਗੱਲ ਉਹ ਦਰਖਤ ਦੀ ਗੰਢੀ ਹੈ ਜਿਹੜੀ ਡਾਹਣੀ ਹੈ ਉਹ ਵੀ ਸੁੱਕ ਜਾਂਦੀ ਹੈ ਉਹਨੂੰ ਵੀ ਕੋਈ ਦੁੱਖ ਨਹੀਂ ਫਲ ਲੱਗਿਆ ਹੋਵੇ ਦਰਖਤ ਨੂੰ ਹੋਵੇ ਕੱਚਾ ਤੇ ਫੜ ਕੇ ਤੋੜ ਲਓ ਨਾ ਉਹ ਫਲ ਖਾਣ ਦੇ ਕੰਮ ਆਵੇ ਤੇ ਜਿਹੜੇ ਦਰਖਤ ਨਾਲ ਉਹ ਤੋੜੋਗੇ ਧਿਆਨ ਨਾਲ ਵੇਖਿਓ ਉਹਦੀ ਗੰਢੀ ਵਿੱਚੋਂ ਵੀ ਰਸ ਸਿਮਣ ਲੱਗਦੇ ਨੇ ਹਰ ਕੰਮ ਰੁੱਤ ਨਾਲ ਸੋਹਣੇ ਲੱਗਦੇ ਨੇ ਪਰ ਉਹਦੀ ਰਜ਼ਾ ਸਤ ਸੰਗੀਓ ਅਸੀਂ ਸਾਰੇ ਇਹ ਸਾਰੇ ਪਰਿਵਾਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜੁੜੇ ਨੇ ਮੈਂ ਇਹ ਕੀ ਬੇਨਤੀ ਕਰਾਂਗਾ ਕਿ ਸਤਿਗੁਰ ਜੀ ਆਪਾਂ ਸਭ ਨੇ ਇਹ ਬੇਨਤੀ ਕਰਨੀ ਹੈ ਜੋ ਤੁਹਾਨੂੰ ਚੰਗਾ ਲੱਗਦਾ ਤੁਸੀਂ ਭਾਣਾ ਵਰਤਾ ਛੱਡਦੇ ਹੋ ਪਰ ਇੰਨੀ ਕੁ ਕਿਰਪਾ ਕਰੋ ਹੁਣ ਭਾਂਡੇ ਨੂੰ ਮੰਨਣ ਦੀ ਸਮਰੱਥਾ ਬਖਸ਼ੋ ਔਰ ਦੂਜੀ ਗੱਲ ਫਿਰ ਜਿਸ ਪੁਰਬ ਤੇ ਇਹ ਸਿੰਘ ਸਾਡੇ ਵਿੱਚੋਂ ਜਾਂਦਾ ਉਹ ਥੀਓ ਹੀ ਪੁਰਬ ਸਾਨੂੰ ਭਾਣਾ ਮੰਨਣ ਦੀ ਜਾਂਚ ਸਿਖਾਉਣ ਵਾਲਾ ਪੰਜਵੇਂ ਨਾਨਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਸਿੱਖਾਂ ਨੂੰ ਵੀ ਇਹੀ ਸੰਦੇਸ਼ ਦਿੱਤਾ ਉਹਦੇ ਭਾਣੇ ਚ ਰਹਿਣੇ ਕੱਲਾ ਉਪਦੇਸ਼ ਹੀ ਨਹੀਂ ਦਿੱਤਾ ਪ੍ਰੈਕਟੀਕਲ ਕਰਕੇ ਦਿਖਾਇਆ ਵੀ ਭਾਣਾ ਮੰਨੀ ਦਾ ਕਿਵੇਂ ਆ ਖੁਸਤਨਾਮ ਸ੍ਰੀ ਵਾਹਿਗੁਰੂ ਪ੍ਰੈਕਟੀਕਲ ਕਰਕੇ ਭਾਵੇਂ ਸਤਿਗੁਰੂ ਆਪਣੇ ਜੀਵਨ ਕਾਲ ਵਿੱਚ ਗੁਰਸਿੱਖਾਂ ਨੂੰ ਇਸ਼ਾਰੇ ਦਿੰਦੇ ਰਹੇ ਇੱਕ ਵਾਰੀ ਕਹਿੰਦੇ ਪੁੱਛਿਆ ਸੀ ਮਹਾਰਾਜ ਤੁਸੀਂ ਕਹਿੰਦੇ ਭਾਣਾ ਮੰਨਣਾ ਚਾਹੀਦਾ ਕੀ ਅੱਜ ਦੇ ਯੁੱਗ ਵਿੱਚ ਹੈ ਜਿਹੜਾ ਕੋਈ ਭਾਣਾ ਮੰਨੇ ਜਿਵੇਂ ਆਪਾਂ ਨੇ ਕਿਹਾ ਹੁੰਦਾ ਵੀ ਇੰਨੀ ਕਮਾਈ ਵਾਲੇ ਸਿੱਖ ਇੰਨੀ ਕਰਨੀ ਵਾਲੇ ਇਹ ਤਾਂ ਪਹਿਲੋਂ ਹੁੰਦੇ ਸੀ ਵੀ ਹੁਣ ਹੋਊਗਾ ਕੋਈ ਮਠਾਈਆਂ ਬਣੀਆਂ ਪਈਆਂ ਨੇ ਮੇਲ ਘਰੇ ਵਾਲੇ ਪਏ ਨੇ ਡੋਲਾ ਵਿਆਹ ਕੇ ਲਿਆਂਦਾ ਏ ਹਵੜਾ ਦਬੜੀ ਹੁਣ ਆਪਾਂ ਵੇਖਦੇ ਹਾਂ ਨਾ ਜਦੋਂ ਕਿਤੇ ਕਿਤੇ ਖੁਸ਼ੀ ਦੇ ਸਮਾਗਮ ਵਿੱਚ ਕੋਈ ਏਦਾਂ ਦੀ ਘਟਨਾ ਵਾਪਰ ਜੇ ਫਿਰ ਕਿਸੇ ਨੂੰ ਕੁੱਝ ਨਹੀਂ ਸੁੱਝਦਾ ਹਫੜਾ ਦਫੜੀ ਮੱਚ ਜਾਂਦੀ ਹੈ ਹੁਣ ਉਦਣ ਵੀ ਨਹੀਂ ਏਦਾਂ ਦਾ ਹੀ ਭਾਣਾ ਵਰਨਾ ਚਾਵੀ ਚਾਵੀ ਸਾਰੇ ਸਿੰਘ ਇਕੱਠੇ ਹੋ ਕੇ ਸੇਵਾ ਕਰ ਰਹੇ ਨੇ ਤੇ ਭਾਣਾ ਹੋ ਹੀ ਵਾਪਰ ਗਿਆ ਭਾਈ ਭਟਾਰੀ ਕਹਿੰਦੇ ਇੱਕ ਗੱਲ ਯਾਦ ਰੱਖੋ ਮੇਰੇ ਰਿਸ਼ਤੇਦਾਰ ਦੋਸਤ ਮਿੱਤਰ ਭੈਣ ਭਰਾ ਸਾਕ ਸੰਬੰਧੀਓ ਜੋ ਭਾਣਾ ਮੇਰੇ ਮਾਲਕ ਦਾ ਉਹ ਵਾਪਰ ਗਿਆ ਪਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜਿਹੜੇ ਜਿਹੜੇ ਮੇਰੇ ਪੁੱਤਰ ਨੂੰ ਪਿਆਰ ਕਰਦੇ ਨੇ ਨਾ ਬਸ ਉਹ ਹੱਥ ਦੇ ਵਿੱਚੋਂ ਹੰਝੂ ਨਾ ਡੇਗੇ ਮੇਰੀ ਬੇਨਤੀ ਹੈ ਉਹ ਸਤਨਾਮ ਸ੍ਰੀ ਵਾਹ ਹੁਣ ਕੀ ਕਰਾਂਗੇ ਹਾਏ ਹੁਣ ਕੀ ਭਾਈ ਸਾਹਿਬ ਜੀ ਕਹਿੰਦੇ ਕਰਨਾ ਕੀ ਹੈ ਜਿਹੜੇ ਸਮੱਗਰੀ ਦੀ ਲੋੜ ਹੈ ਉਹ ਸਾਰੀ ਆਲਰੇਡੀ ਤਿਆਰ ਹੈ ਚਿੰਤਾ ਨੂੰ ਕਰੋ ਗਿਆ ਅੰਦਰੋਂ ਕੱਪੜ ਲਿਆ ਕੇ ਬੜਾ ਤਪਾ ਦੇ ਲੜਕੇ ਸੀੜੀ ਬਣੀ ਪਈ ਹੈ ਤੱਪਣ ਹੁਣ ਕੀ ਕਰੀਏ ਹੈ ਕਨਾਤਾਂ ਲੱਗੀਆਂ ਪਈਆਂ ਨੇ ਕੁਰਸੀਆਂ ਬੈਂਚ ਡਹਿ ਪਏ ਨੇ ਮੰਜਿਆਂ ਤੇ ਬੈਂਚ ਚੱਕ ਦੋ ਸਾਰੇ ਲਿਆ ਕੇ ਤੱਪੜ ਸੁੱਟ ਦੇ ਤੇ ਵਿਸ਼ਾਲ ਹੋਈ ਇਹਨੂੰ ਵਿਸ਼ਾਲ ਸਾਰੇ ਹੋ ਰਾਮ ਕਮਾਲ ਕਿੱਦਾਂ ਦਾ ਸੀ ਇਹ ਕੀ ਹੋ ਰਿਹਾ ਉਹ ਗੁਰਸਿੱਖ ਕਹਿੰਦਾ ਭਾਈ ਭਿਖਾਰੀ ਕਹਿੰਦਾ ਜੀ ਇਹਨੂੰ ਭਾਣਾ ਕਹਿੰਦੇ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਜਾਂਚ ਦਿੱਤੀ ਇਹਨੂੰ ਕਹਿੰਦੇ ਨੇ ਤੇਰਾ ਕੀ ਆ ਮੇਖਾ ਲੱਗੇ ਹਰ ਨਾਮ ਪਦਾਰਥ ਨਾਨਕ ਮੰਨ ਇਹ ਭਾਣਾ ਉਹਦਾ ਹੁਣ ਹੀ ਸੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਾਂਚ ਨਾ ਦਿੱਤੀ ਇੱਕ ਬਚਨ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਹਿੰਦੇ ਨੇ ਮਾਤ ਪਿਤਾ ਬੰਤਾ ਸੁੱਤ ਬੰਧਕ ਇਸ਼ਟ ਮੀਤ ਅਰ ਭਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋ ਨਾ ਸਹਾਈ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਦੁਨੀਆਂ ਦੇ ਲੋਕੋ ਤੁਹਾਡੇ ਮਾਤਾ ਪਿਤਾ ਭੈਣ ਭਰਾ ਧੀਆਂ ਪੁੱਤਰ ਸਾਰੇ ਸਾਕ ਸੰਬੰਧੀ ਵਾਹਿਗੁਰੂ ਕਿਰਪਾ ਕਰੇ ਅਰਦਾਸ ਹੈ ਸਤਿਗੁਰ ਦੇ ਚਰਨਾਂ 'ਚ ਹੱਸਦੇ ਵਸਦੇ ਰਹੋ ਖੁਸ਼ੀਆਂ 'ਚ ਰਹੋ ਤੰਦਰੁਸਤੀਆਂ 'ਚ ਰਹੋ ਪਰ ਇੱਕ ਗੱਲ ਹਿਰਦੇ ਦੀ ਡਾਇਰੀ ਤੇ ਨੋਟ ਕਰ ਲਿਓ ਭਾਈ ਆਪਾਂ ਗੁਰੂ ਗ੍ਰੰਥ ਸਾਹਿਬ ਵਾਲਿਆਂ ਨੂੰ ਮੰਨਣ ਵਾਲੇ ਹਾਂ ਸਾਰੇ ਸਤਿਗੁਰਾਂ ਨੇ ਰਿਸ਼ਤੇ ਗਿਣੇ ਨੇ ਕਹਿੰਦੇ ਮਾਂ ਪਿਤਾ ਮਾਂ ਪਿਓ ਸੋਤਰ ਧੀਆਂ ਪੁੱਤਰ ਬੰਧਕ ਦੋਸਤ ਮਿੱਤਰ ਸਾਕ ਸੰਬੰਧੀ ਇਸ਼ਟ ਮੀਤ ਦੋਸਤ ਮਿੱਤਰ ਅਰ ਭਾਈ ਹੋਰ ਤੇ ਹੋਰ ਇੱਕ ਕੁੱਖੋਂ ਜਨਮੇ ਜਿਨ੍ਹਾਂ ਨੇ ਇੱਕ ਮਾਂ ਦਾ ਦੁੱਧ ਚੁੱਕਿਆ ਸਕੇ ਭਰਾ
माता पिता भैन भरा सक संबंधी धीआं पुत्र कि किवें परिवारां दे समेल बन जांदे ने। किसे दे दो बच्चे ने, किसे दे तीन ने, जिस तरह सरदार कृष्ण सिंह जी ते इन्हां दे वाहिगुरु कृपा करे तीन बेटे ने, पुत्र ने, एक बेटी है, दो परिवार दे मैंबर आप ने, पंज छे किसे दे सत्त अठ, इह किदां समेल बन जांदा। ਸਤਿ ਜੀ ਪਾਤਸ਼ਾਹ ਸਮਝਾ ਰਹੇ ਆ, ਕਹਿੰਦੇ ਪੂਰਵ ਜਨਮ ਕੇ ਮਿਲੇ ਸੰਜੋਗੀ, ਪੂਰਵ ਪਿਛਲਾ ਪਿਛਲੇ ਜਨਮ ਦੇ ਲੈਣ ਦੇਣ ਦੇ ਸਾਕ ਸੰਬੰਧਾਂ ਨੇ ਪਰਿਵਾਰਾਂ ਦੇ ਬੰਧਨ ਇਕੱਠੇ ਕਰ ਦਿੱਤੇ। ਇੱਕ ਦੀ ਗੱਲ ਨਹੀਂ, ਸੰਸਾਰ ਵਿੱਚ ਵਿਚਰ ਰਹੇ ਆ ਸਾਰੇ, ਸਾਰਿਆਂ ਦਾ ਇਹੀ ਕਹਾਣੀ ਹੈ। ਇਹ ਜੀਵ ਨੇ ਜਿਹੜੇ ਸਾਡੇ ਮਾਤਾ ਪਿਤਾ ਭੈਣ ਭਰਾ ਧੀਆਂ, ਇਹ ਸਭ ਪਿਛਲੇ ਜਨਮਾਂ ਦੇ ਵਿਛੜੇ ਹਨ। ਕਿਤੇ ਨਾ ਕਿਤੇ, ਕਿਤੇ ਨਾ ਕਿਤੇ ਪਿਛਲੇ ਜਨਮ ਵਿੱਚ ਜ਼ਰੂਰ ਅੰਗਲੀ ਸੰਗਲੀ ਜੁੜਦੀ ਹੈ ਦੇਣ ਲੈਣ ਦੀ। ਪੂਰਵ ਜਨਮ ਕੇ ਮਿਲੇ ਸੰਜੋਗੀ, ਪਿਛਲੇ ਜਨਮ ਦੇ ਲੈਣ ਦੇਣ ਨੇ ਇਹ ਸੰਜੋਗ ਸੰਜੋਗ ਕਰਨਾ ਮਿਲ ਦੇਣਾ। ਇਹ ਮਾਤਾ ਪਿਤਾ ਭੈਣ ਭਰਾ ਸਾਕ ਸੰਬੰਧੀ ਪਰਿਵਾਰਾਂ ਵਿੱਚ ਟੱਬਰਾਂ ਵਿੱਚ ਵੰਡ ਦਿੱਤੇ ਜੀ, ਟੱਬਰ ਬਣਾ। ਪਰ ਸਤਿਗੁਰੂ ਕਹਿੰਦੇ ਭਾਈ ਹੱਸੋ, ਖੇਡੋ, ਕੁੱਦੋ, ਮੌਜਾਂ ਲੁੱਟੋ। ਪਰ ਇੱਕ ਗੱਲ ਯਾਦ ਰੱਖਿਓ ਵੀ ਜਿਹੜੇ ਪਿਛਲੇ ਜਨਮ ਦੇ ਦੇਣ ਲੈਣ ਨੇ, ਆਤਮਾਵਾਂ ਜੀਵ ਮੇਲੇ ਨੇ, ਪਰਿਵਾਰਾਂ ਦੇ ਬੰਧਨ ਬਣਾਏ ਨੇ। ਪੂਰਵ ਜਨਮ ਕੇ ਮਿਲੇ ਸੰਜੋਗੀ, ਅੰਤ ਹੈ ਕੋ ਨਾ ਸਹਾਈ। ਸਤਿਗੁਰੂ ਕਹਿੰਦੇ ਅੰਤ ਨੂੰ ਕਿਸੇ ਨੇ ਕਿਸੇ ਦੀ ਸਹਾਇਤਾ ਹੀ ਨਹੀਂ ਕਰਨੀ ਹੈ, ਕੋ ਸਤਨਾਮ ਮੇਲੇ ਜੋਰ ਇਹ ਦੇਣ ਲੈਣ ਹੈ ਭਾਈ। ਆਮ ਵੀ ਆਪਾਂ ਦੇ ਕੋਣ ਇਸ ਪਰਿਵਾਰ ਨਾਲ, ਜਿੰਨੇ ਤੁਸੀਂ ਰਿਸ਼ਤੇਦਾਰ, ਜਿੰਨੇ ਪਤਵੰਤੇ ਸੱਜਣ, ਸਾਰੀ ਘਟਨਾ ਸੁਣਨ ਤੋਂ ਬਾਅਦ ਕੀ ਗੱਲ ਕਹਿੰਦੇ ਹੋਵੋਗੇ ਵੀ ਭਾਈ ਜਿਹੜਾ ਦੇਣ ਲੈਣ ਸੀ ਸਰਦਾਰ ਰਣਜੀਤ ਸਿੰਘ ਜੀ ਉਹ ਪੂਰਾ ਕਰ ਗਏ, ਕਿੰਨੀ ਗੱਲ ਨਿਬੜ ਦੇਣ ਲੈਣ। ਇੱਕ ਪੁਰਾਤਨ ਮਹਾਂਪੁਰਸ਼ ਹੋਏ ਨੇ, ਧਿਆਨ ਦਿਓ ਛੋਟੀ ਜੀ ਬੇਨਤੀ, ਗਾਥਾ ਤੁਹਾਡੇ ਚਰਨਾਂ 'ਚ ਰੱਖਣ। ਸੰਤ ਬਾਬਾ ਖੁਦਾ ਸਿੰਘ ਜੀ ਮਹਾਰਾਜ ਔਰੰਗਾਬਾਦ ਵਾਲੇ ਕੋਲੇ ਪੂਰਨ ਬ੍ਰਹਮ ਗਿਆਨ ਦੇ ਸਾਧੂ ਬਣੇ, ਉਹਨਾਂ ਦੇ ਜੀਵਨ ਦੀ ਇਹ ਨਿੱਕੀ ਜਿਹੀ ਘਟਨਾ ਹੈ। ਧਿਆਨ ਦਿਓ ਕਿਵੇਂ ਪਰਿਵਾਰਾਂ ਦੇ ਜਿਹੜੇ ਸਾਡੇ ਰਿਸ਼ਤੇ ਨਾਤੇ ਜੀਵ ਅਸੀਂ ਇਕੱਠੇ ਹੁੰਦੇ ਹਾਂ, ਕਿਵੇਂ ਫਿਰ ਵਿਛੜ ਜਾਂਦੇ ਆ, ਕੋਈ ਕਿਸੇ ਨਾਲ ਮਿਲਾਪ ਨਹੀਂ। ਜਿੰਨਾ ਕਿ ਚਿਰ ਜਿਉਂਦੇ ਆ, ਜਗ ਜਿਉਂਦਿਆਂ ਦੇ ਮਿਲਦੇ ਨੇ, ਤੇ ਜਦੋਂ ਚੱਲ ਜਾਂਦੇ ਨੇ ਕੱਲਾ ਕੱਲਾ ਤੁਰ ਜਾਂਦਾ। ਅਤਿ ਸਤਿਕਾਰਯੋਗ ਸੰਤ ਬਾਬਾ ਹਰੀ ਸਿੰਘ ਜੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਪੁੱਜੇ ਨੇ ਜੀ ਆਇਆਂ ਨੂੰ। ਧਿਆਨ ਦੇਣਾ ਬਾਬਾ ਖੁਦਾ ਸਿੰਘ ਜੀ ਮਹਾਰਾਜ, ਮੈਂ ਬੇਨਤੀ ਕਰਦੇ ਸੀ ਉਹਨਾਂ ਦੇ ਕੋਲ ਨਾ ਇੱਕ ਸੂਬੇਦਾਰ ਆਇਆ, ਫੌਜਦਾਰ, ਰਿਟਾਇਰ ਆਫੀਸਰ, ਬੜਾ ਵਿਚਾਰਾ ਦੁਖੀ ਹਿਰਦਾ ਸੀ। ਕਹਿੰਦਾ ਬਾਬਾ ਜੀ ਮਨ ਕਰਦਾ ਵੀ ਤੁਹਾਨੂੰ ਮੈਂ ਘਰ ਲੈ ਕੇ ਜਾਵਾਂ, ਜਲ ਪਾਣੀ ਛਕਾਂ, ਭੋਜਨ ਛਕਾਂ, ਮੈਨੂੰ ਸਮਾਂ ਦਿਓ। ਤੇ ਬਾਬਾ ਖੁਦਾ ਸਿੰਘ ਜੀ ਮਰ ਕਹਿਣ ਲੱਗੇ ਠੀਕ ਹੈ ਭਾਈ, ਜਿਸ ਦਿਨ ਮਾਲਕ ਨੂੰ ਮਨਜ਼ੂਰ ਹੋਇਆ ਤੇ ਆਪਾਂ ਚੱਲਾਂਗੇ, ਕੋਈ ਛਕਾਂਗੇ ਪ੍ਰਸਾਦ ਆਪਾਂ ਨੂੰ। ਹੁਣ ਧਿਆਨ ਦਿਓ ਭਾਈ, ਅੱਜ ਸਵਾਲੜਾ ਦਿਨ ਆਇਆ, ਭਾਗਾਂ ਵਾਲਾ ਦਿਨ ਆਇਆ, ਉਹਦਾ ਕਰਮ ਜਾਗਿਆ ਕਹਿ ਲਈਏ, ਮਹਾਂਪੁਰਸ਼ਾਂ ਨੇ ਸਮਾਂ ਦਿੱਤਾ, ਸੇਵਾਦਾਰ ਭੇਜ ਕੇ ਬੁਲਾ ਲਿਆ, ਸਦਿਆ ਦੇਖ ਕੇ ਜੀ ਉਹਨੂੰ ਬੁਲਾਓ, ਸੂਬੇਦਾਰ ਬੁਲਾਇਆ। ਹਾਂਜੀ ਮਹਾਰਾਜ, ਕਿੱਦਾਂ ਯਾਦ ਕੀਤਾ? ਮਹਾਂਪੁਰਸ਼ ਬਾਬਾ ਖੁਦਾ ਸਿੰਘ ਜੀ ਕਹਿੰਦੇ ਭਾਈ ਤੂੰ ਤਿਆਰੀ ਕਰ ਲੈ, ਆਪਾਂ ਕੱਲ ਤੋਂ ਅਗਲੇ ਦਿਨ ਤੇਰੇ ਘਰੇ ਪ੍ਰਸਾਦਾ ਛਕਾ। ਸਤ ਬਚਨ ਤਿਆਰੀ ਹੋਣ ਲੱਗ ਪਈ। ਚਲੋ ਜੀ ਉਹਨੇ ਤਿਆਰੀ ਨਹੀਂ ਕਰ ਲਈ, ਗੱਲ ਮੁਕਾਓ। ਤੀਸਰਾ ਦਿਨ ਵੀ ਆ ਗਿਆ ਤੇ ਉਹ ਸੂਬੇਦਾਰ ਆਇਆ ਹੋਇਆ ਚਾਵੀ ਚਾਵੀ ਮਹਾਂਪੁਰਸ਼ਾਂ ਨੂੰ ਨਾਲ ਲੈਣ ਵਾਸਤੇ ਵੀ ਮੈਂ ਕਰ ਲਿਆ, ਬੇਨਤੀ ਕੀਤੀ ਬਾਬਾ ਖੁਦਾ ਸਿੰਘ ਜੀ ਘਰ ਨੂੰ ਚੱਲ ਪਏ। ਜਦੋਂ ਹੁਣ ਉਹ ਸੂਬੇਦਾਰ ਦੇ ਗੇਟ ਦੇ ਅੰਦਰ ਲੱਗੇ ਨਾ ਬੜਨ ਮਹਾਂਪੁਰਸ਼, ਤਾਂ ਕੌਲੇ ਦੇ ਨਾਲ, ਗੇਟ ਦੇ ਕੌਲੇ ਹੁੰਦੇ ਨੇ ਕੌਲੇ, ਉਹਦੇ ਨਾਲ ਇੱਕ ਨੌਜਵਾਨ ਸੁੰਦਰ ਕੰਨਿਆ ਬੈਠੀ ਹੈ, ਅੱਖਾਂ ਉਹਦੀਆਂ ਬੰਦ ਨੇ, ਵਾਲ ਸਾਰੇ ਫੁੱਲ ਕੇ ਗਲ ਵਿੱਚ ਪਏ ਹੋਏ ਨੇ, ਰੋ ਰੋ ਕੇ ਉਹਦਾ ਬੁਰਾ ਹਾਲ ਹੋਇਆ ਪਿਆ। ਉਹ ਏਦਾਂ
बाबा बुद्ध सिंह ने लागो ने लंघ के गेट खील अगे गए आखन लग पे सूबेदार महाराज हुक्म हो लंगर लिया प्रसादा तैयार होया बाबा बुद्ध सिंह जी महाराज कहते हैं सूबेदार प्रसादा आप छका के लंगर छका के पर जी कन्या बूहे से बैठी है वो कौन है वो सूबेदार का बाबा जी मसा अज भागा वाला दिन आया मेरी जिंदगी च सेवा करने का मौका मिलिया प्रवचन सुनते रहने दृष्टि लोगों का एक दुख गया दूजा आ खड़िया एक गया दूजा आ खड़िया सतगुरु जी महापुरुष हो छो क्योंकि जे ग्रस्त आश्रम में निगाह मारी है संसार में निगाह मारी है दुख दिया पड़ना खुलिया सुख ना निकले उपरे दुख तो दुख दुख तो क्यों महापुरुषो तुसी प्रसाद पानी छक लो साडा तो संसारी लोगों का दुखी सब संसार नानक दुखिया नानक दुखिया सब संसार संसार कहने संसार च विचर विद्वाना ने यह अर्थ किया संसे जमा आर जेड़ा संसया का समुंदर है ਉਹਦਾ ਨਾਂ ਹੀ ਸੰਸਾਰ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਬੜਾ ਜੀਵ ਕਹਿੰਦਾ ਮੈਨੂੰ ਦੁੱਖ ਨਾ ਕੋਈ ਆਵੇ ਮੈਂ ਦੁੱਖ ਨਾ ਵੇਖਾਂ ਇਹ ਕਦੀ ਹੋਇਆ ਸਤ ਸੰਗਿਓ ਟੋਬੇ 'ਚ ਬੰਦਾ ਵੜ ਜਾਏ ਦਰਿਆ 'ਚ ਬੰਦਾ ਵੜ ਜਾਏ ਪਾਣੀ ਵਿੱਚ ਵੜ ਜਾਏ ਤੇ ਕਦੇ ਮੇਰੇ ਸਰੀਰ ਦੇ ਅੰਦਰ ਸੁੱਕੇ ਰਹਿਣ ਤੇ ਕਿਵੇਂ ਹੋ ਸਕਦਾ ਭਾਈ ਸੰਸੇ ਜਮਾ ਆਰ ਇਹ ਹੈ ਹੀ ਸੰਸਿਆਂ ਦਾ ਦੁੱਖਾਂ ਦਾ ਕਰ ਜਦੋਂ ਇਹ ਸਮੁੰਦਰ ਵਿੱਚ ਉਤਰਾਂਗੇ ਤੇ ਦੁੱਖ ਤੇ ਸਿਰ ਨਹੀਂ ਜਾਣਗੇ ਆਖੋ ਸਤ क्योंकि नाम जपन वाले ते सारे उहदा रूप दीन कारण कहना जी हुण तुसीं ये दुख दी पंड खोल ही नहीं ओह वाह मार के रोया सूबेदार ਕਹਿੰਦਾ ਜੀ ਮੈਂ ਹੁਣ ਦੱਸੀ ਦਿਆਂ ਮੇਰੇ ਘਰ ਵਾਲੀ ਭਾਗਵਤ ਮੇਰੇ ਬੇਟੇ ਨੂੰ ਨਿੱਕੇ ਜਿਹਨੂੰ ਹੁੰਦਿਆਂ ਨੂੰ ਛੱਡ ਕੇ ਚੱਲ ਗਈ ਸੀ ਚਲਾਣਾ ਕਰਨ ਨਾਲੇ ਮੈਂ ਨੌਕਰੀਆਂ ਕਰ ਲਈਆਂ ਤੇ ਨਾਲੇ ਬੱਚੇ ਨੂੰ ਪਾਲਿਆ ਬੜੇ ਦੁੱਖਾਂ ਦੇ ਨਾਲ ਪਾਲ ਕੇ ਜਵਾਨ ਕੀਤਾ ਤੇ ਚਲੋ ਸਾਦੀ ਕੀਤੀ ਤੇ ਸਾਦੀ ਤੋਂ ਕੁਝ ਕੁ ਦਿਨਾਂ ਤੋਂ ਬਾਅਦ ਮੇਰਾ ਪੁੱਤਰ ਸੀ ਜਿਹੜਾ ਉਹ ਚਲਾਣਾ ਕਰ ਗਿਆ ਇਹ ਮੇਰੀ ਨੂੰਹ ਰਾਣੀ ਹੈ ਕੁਝ ਦਿਨ ਹੋਏ ਸੀ ਸਾਦੀ ਨੂੰ ਬਾਬਾ ਜੀ ਮੈਂ ਇਹਨੂੰ ਕੰਨਿਆਂ ਨੂੰ ਬਹੁਤ ਕਿਹਾ ਧੀਏ ਮੈਂ ਤੈਨੂੰ ਆਪਣੇ ਹੱਥੀ ਪਰ ਉਹ ਕਹਿੰਦਾ ਜੀ ਮੈਨੂੰ ਗੱਲ ਸਪਸ਼ਟ ਨਹੀਂ ਜਾਪੀ ਅੱਛੀ ਤਰ੍ਹਾਂ ਸਮਝਾਓ ਇਹ ਕਿਉਂ ਹੋਇਆ ਤੇ ਬਾਬਾ ਖੁੱਡਾ ਸਿੰਘ ਜੀ ਹੁਣ ਚੌਂਕੜਾ ਲਾ ਕੇ ਬੈਠੇ
ਦੇਖਿਓ ਸੰਸਾਰ ਸਾਡੇ ਧੀਆਂ ਪੁੱਤਰ ਮਾਤਾ ਪਿਤਾ ਭੈਣ ਭਰਾ ਅਸੀਂ ਕਿਵੇਂ ਇਕੱਠੇ ਹੁੰਦੇ ਹਾਂ ਕਿਵੇਂ ਵਿਛੜਦੇ ਕਿਉਂ ਕਿਉਂ ਬਾਬਾ ਕੁਦਾ ਸਿੰਘ ਜੀ ਕਹਿੰਦੇ ਸੁਬੇਦਾਰ ਇੱਕ ਗੱਲ ਸਾਡੇ ਨਾਲ ਬਚਨ ਕਰ ਲੈ ਵੀ ਜਿਹੜਾ ਜਿਹੜਾ ਬਚਨ ਤੈਨੂੰ ਪੁੱਛਾਂਗੇ ਤੂੰ ਸੱਚ ਸੱਚ ਦੱਸੇਗਾ ਝੂਠ ਨਹੀਂ ਬੋਲੇਗਾ ਕਹਿੰਦਾ ਸੱਚ ਹੈ ਕਹਿੰਦੇ ਚੰਗਾ ਇੱਕ ਗੱਲ ਦੱਸ ਬਈ ਜਦੋਂ ਤੂੰ ਫੌਜ ਵਿੱਚ ਆਉਣ ਡਿਊਟੀ ਸੀ ਡਿਊਟੀ ਕਰ ਰਿਹਾ ਸੀ ਉਦੋਂ ਤੇਰੇ ਨੀਚੇ ਤੇਰੀ ਕਮਾਂਡ ਵਿੱਚ ਤੇਰੀ ਆਗਿਆ ਵਿੱਚ ਕਿੰਨੇ ਕੁ ਫੌਜੀ ਜਵਾਨ ਸਨ ਆਂਦਾ ਜੀ ਕਾਫੀ ਸੀ ਮੈਂ ਸੂਬੇਦਾਰ ਅੱਛਾ ਦੀਆਂ ਗੋਲੀਆਂ ਦੇ ਸਾਹਮਣੇ ਛਾਤੀਆਂ ਤਾਣ ਕੇ ਖੜੇ ਰਹਿਣੇ ਉਹਨਾਂ ਦਾ ਕੀਤਾ ਹੋਇਆ ਉਹ ਜਵਾਨਾਂ ਦਾ ਸਰਹੱਦਾਂ ਤੇ ਡਿਊਟੀਆਂ ਦਿੱਤੀਆਂ ਦਿਨ ਰਾਤ ਰਾਤਾਂ ਚਾਕੀਆਂ ਸੁੱਖ ਅਸੀਂ ਲੈ ਰਹੇ ਹਾਂ ਏਸੀ ਕਮਰਿਆਂ 'ਚ ਕੂਲਰਾਂ ਦੇ ਮੂਹਰੇ ਸਰਦੀਆਂ 'ਚ ਰਜਾਈਆਂ 'ਚ ਸੁੱਤੇ ਬੱਚਿਆਂ ਨੂੰ ਛਾਤੀਆਂ ਨਾਲ ਲੱਗ ਕੇ ਸੁਣਦੇ ਆ ਉਹ ਵੀ ਮਾਮਾ ਦੇ ਪੁੱਤ ਨੇ ਜਿਹੜੇ ਬਾਰਡਰਾਂ 'ਤੇ ਨੌਕਰੀਆਂ ਕਰਦੇ ਕੁਛ ਕੁ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਈ ਸੀ ਕਾਫੀ ਸਾਡੇ ਉੱਧਰ ਗੁਡਲਾਡੇ ਦੇ ਨਾਲ ਹੀ ਕਣਕਵਾਲ ਪਿੰਡ ਹੈ ਕਣਕਵਾਲ ਦੋਦੜਾ ਸਾਹਿਬ ਦੇ ਨਾਲ ਧਰਮਗੜ੍ਹ ਦੇ ਨਾਲ ਉਹ ਉਹਦੇ ਪਿਤਾ ਹੋਣੀ ਨਾ ਚਾਰ ਭਰਾ ਸੀ ਚਾਰ ਉਹ ਚਾਰਾਂ ਘਰਾਂ ਦੇ ਵਿੱਚ ਇੱਕੋ ਹੀ ਇੱਕ ਪੁੱਤਰ ਸੀ ਇੱਕੋ ਹੀ ਇੱਕ ਪੁੱਤਰ ਚਾਰ ਘਰਾਂ ਦਾ ਜਨੂਨ ਜਾਗ ਪਿਆ ਕਹਿੰਦਾ ਫੌਜ 'ਚ ਭਰਤੀ ਹੋਣਾ ਉਹਦੇ ਚਾਚੇ ਤਾਏ ਭੈਣਾਂ ਸਾਰੇ ਕਹਿਣ ਲੱਗੇ ਨਹੀਂ ਕੱਲਾ ਕੱਲਾ ਤੂੰ ਸਾਡੀ ਭੈਣਾਂ ਵੀ ਕਹਿੰਦੀਆਂ ਕੱਲਾ ਦੀ ਲੈ ਕਹਿੰਦਾ ਦੇਸ਼ ਦੀ ਸੇਵਾ ਆ ਹੁਣ ਪਿੱਛੇ ਜੇ ਆਪ ਜੀ ਨੇ ਖਬਰਾਂ ਵੀ ਪੜੀਆਂ ਹੋਣਗੀਆਂ ਵੀ ਉਹ ਪਾਕਿਸਤਾਨ ਵਾਲੇ ਆਪਣੇ ਜਵਾਨਾਂ ਨੂੰ ਜਿਉਂਦੇ ਪਕੜ ਕੇ ਲੈ ਕੇ ਗਏ ਫਿਰ ਉਹਨਾਂ ਨੇ ਸਿਰ ਕਲਮ ਕੀਤੇ ਉਹਨਾਂ ਦੇ ਜਵਾਨਾਂ ਦਾ ਉਹ ਇੱਕ ਲੜਕੇ ਦਾ ਤੁਸੀਂ ਵੀਡੀਓ ਵੇਖੀ ਹੋਣੀ ਕਟਰ ਨਾਲ ਗਲ ਕੱਟਿਆ ਉਹਨਾਂ ਨੇ ਬਾਕੀਆਂ ਨੇ ਕਟਰ ਨਾਲ ਉਹ ਲੜਕਾ ਉੱਥੇ ਸਾਡੇ ਲਾਗੇ ਮਾਨਸਾ ਜ਼ਿਲ੍ਹੇ ਦੇ ਵਾਹਿਗੁਰੂ ਉਹ ਸੰਗਰੂਰ ਜ਼ਿਲ੍ਹੇ ਦੀ ਹੱਦ 'ਤੇ ਪੈਂਦਾ ਪਿੰਡ ਕਣਕਵਾਲ ਉੱਥੋਂ ਦਾ ਸੀ ਲੜਕਾ ਮੈਂ ਬੇਨਤੀ ਕਰਦੇ ਹਾਂ ਉਹ ਸੂਬੇਦਾਰਾਂ ਦੱਸ ਕਿੰਨੀਆਂ ਕਹਿੰਦਾ ਜੀ ਬੜੀਆਂ ਲੜਾਈਆਂ ਹੋਈਆਂ ਅੱਛਾ ਅੱਛਾ ਤੇ ਬਾਬਾ ਕੁਦਾ ਸਿੰਘ ਜੀ ਕਹਿੰਦੇ ਫਿਰ ਇੱਕ ਗੱਲ ਹੋਰ ਦੱਸ ਕਦੇ ਕੋਈ ਐਸਾ ਸਮਾਂ ਆਇਆ ਵੀ ਤੇਰੀ ਟੁਕੜੀ ਤੇਰੀ ਕਮਾਂਡ ਹੇਠ ਜਵਾਨ ਲੜਨ ਗਏ ਹੋਣ ਤੇ ਉਹ ਮੁੜ ਕੇ ਨਾ ਆਏ ਹੋਣ ਸ਼ਹੀਦ ਹੋ ਗਏ ਹੋਣ ਉਹ ਕਹਿੰਦਾ ਜੀ ਇੱਕ ਇੱਕ ਦੋ ਦੋ ਤਾਂ ਆਈ ਵਾਰ ਸ਼ਹੀਦ ਹੁੰਦੇ ਨੇ ਪਰ ਇੱਕ ਵਾਰੀ ਐਸੀ ਘਟਨਾ ਵਾਪਰੀ ਜਿੰਨੀ ਮੈਂ ਟੁਕੜੀ ਭੇਜੀ ਸਾਰੀ ਸ਼ਹੀਦ ਹੋ ਗਈ ਅੱਛਾ ਬਾਬਾ ਕੁਦਾ ਸਿੰਘ ਜੀ ਕਹਿੰਦੇ ਫਿਰ ਇੱਕ ਗੱਲ ਹੋਰ ਦੱਸ ਪੁੱਛੋ ਜੀ ਉਸ ਟੁਕੜੀ ਵਿੱਚੋਂ ਜਿਹੜੇ ਸਾਰੇ ਸ਼ਹੀਦ ਹੋਏ ਉਹਨਾਂ ਵਿੱਚੋਂ ਕਿਸੇ ਜਵਾਨ ਨੇ ਕਿਸੇ ਫੌਜੀ ਨੇ ਤੈਨੂੰ ਕੋਈ ਇਮਾਨਤ ਦਿੱਤੀ ਸੀ ਉਹ ਸੋਚ ਕੇ ਵੀ ਕਹਿੰਦਾ ਕਿ ਕੁਛ ਧਿਆਨ ਨਹੀਂ ਬਾਬਾ ਕੁਦਾ ਸਿੰਘ ਕਹਿੰਦੇ ਵੀ ਤੇਰੇ ਨਾਲ ਬਚਨ ਹੋਇਆ ਗੱਲ ਸੱਚ ਦੱਸਣੀ ਹੈ ਝੂਠ ਨਹੀਂ ਬੋਲਣਾ ਸੋਚ ਐਸੀ ਕਰਨੀ ਮਰ ਚੱਲੇ ਪਿਆਰੇ ਹਮ ਹੱਸੇ ਜਾਗਰੋਏ
ਐਸੀਆਂ ਪਲੰਘਾਂ ਥੋੜੀ ਜਿਹੀ ਉਮਰ ਵਿੱਚ ਪੱਟ ਕੇ ਭਾਈ ਰੱਖੀ ਐਸੀਆਂ ਪੈੜਾਂ ਪਾ ਗਿਆ। ਹੁਣ ਜਦੋਂ ਕੋਈ ਨਿਸ਼ਾਨ ਸਾਹਿਬ ਦੀ ਸੇਵਾ ਹੋਏਗੀ ਯਾਦ ਆ ਗਿਆ ਕਰੇ ਨਿਸ਼ਾਨ ਸਾਹਿਬ ਦੇ ਉਹਦੇ ਦਰਸ਼ਨ ਕਰੇਗਾ ਕੋਈ ਭਾਈ ਰਣਧੀਰ ਸਿੰਘ ਯਾਦ ਆ ਗਿਆ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਅਵਤਾਰ ਦਿਹਾੜਾ ਸੰਗਤ ਦਾ ਧੂਮ ਧਾਮ ਨਾਲ ਮਨਾਉਂਦੇ ਹੋ ਜਦੋਂ ਸਮਾਗਮ ਹੋਇਆ ਕਰਨਗੇ ਜਥੇ ਬੰਦੀ ਯਾਦ ਆ ਗਿਆ ਕਰੇ ਐਸਾ ਕਰਮ ਕਰਕੇ ਜਾ ਜੀਵ ਕਿ ਤੋਤੇ ਹੱਸਦਾ ਹੱਸਦਾ ਸੱਚ ਖੰਡ ਦਾ ਬੂਹਾ ਮੰਨੇ ਪਰ ਲੋਕੀ ਤੈਨੂੰ ਯਾਦ ਕਰ ਕਰਕੇ ਰੋਣ ਹੁਕਮਨਾਮਾ ਫਿਰ ਸਮਾਪਤੀ ਕਰੀਏ। ਪਿਛਲੇ ਸਾਰੇ ਪਰਿਵਾਰ ਭਰਾਵਾਂ ਨੂੰ ਭੈਣਾਂ ਨੂੰ ਮਾਂ ਨੂੰ ਪਿਤਾ ਜੀ ਨੂੰ ਸਾਰੇ ਸਾਥ ਸੰਬੰਧੀਆਂ ਨੂੰ ਤੇ ਸਾਰੀ ਗੁਰੂ ਕੀ ਪਿਆਰੀ ਸਾਥ ਸੰਗਤ ਨੂੰ ਭਾਣਾ ਮੰਨਣ ਦਾ ਬਲ ਬਖਸ਼ ਦਿਓ। ਕਹਿੰਦੇ ਇੱਕ ਮੈਂ ਆ ਨੀਂਹ ਰੱਖਣੀ ਸੀ ਤੇ ਇੱਕ ਹਰਿਮੰਦਰ ਸਾਹਿਬ ਦੀ, ਇੱਕ ਸ਼ਹੀਦਾਂ ਦੀ ਨੀਂਹ ਤੇ ਹਰਿਮੰਦਰ ਸਾਹਿਬ ਦੀ ਨੀਂਹ ਰੱਖਣੀ ਸੀ ਮੈਂ। ਮੈਂ ਰੱਖਣੀ ਅਸੀਂ ਦੋ ਨੀਹਾਂ, ਇੱਕ ਐ ਤੇ ਇੱਕ ਹਰਿਮੰਦਰ ਦੀ, ਐ ਮੈਂ ਰੱਖੀ ਤੇ ਉਹ ਤੂੰ ਰੱਖੀ, ਸ਼ਹੀਦਾਂ ਦੀ ਨੀਂਹ ਮੈਂ ਰੱਖ ਚੱਲਿਆ, ਹਰਿਮੰਦਰ ਸਾਹਿਬ ਦੀ ਨੀਂਹ ਤੂੰ ਰੱਖ ਦੇ, ਐ ਮੈਂ ਰੱਖੀ ਉਹ ਤੂੰ ਰੱਖੀ, ਇਹ ਚਾਹ ਸੀ ਮੇਰੇ ਅੰਦਰ ਦੀ, ਇੱਕ ਐ ਤੇ ਇੱਕ ਉਹ, ਇੱਕ ਸ਼ਹੀਦਾਂ ਦੀ ਨੀਂਹ ਤੇ ਇੱਕ ਹਰਿਮੰਦਰ ਦੀ ਨੀਂਹ, ਇੱਕ ਐ ਤੇ ਇੱਕ ਉਹ, ਦੋਹਾਂ ਦੀਆਂ ਦੋ ਬੁਨਿਆਦਾਂ ਨੇ, ਇੱਕ ਬਲੀਦਾਨ ਇੱਕ ਭਗਤੀ ਦੀ, ਇਹ ਫਕੀਰਾਂ ਦੀਆਂ ਦੋ ਯਾਦਾਂ ਨੇ। ਜਿਹੜੇ ਇਮਾਰਤ ਦੀ ਤੋਂ ਨਹੀਂ ਰੱਖੀ ਹਰੀ ਦੇ ਮੰਦਰ ਦੀ, ਜਦੋਂ ਉਹਨੂੰ ਨਮਸਕਾਰ ਕਰਿਆ ਕਰਨਗੇ ਨਾ ਸੁਭਾਵਿਕ
ਰੱਬ ਦੀ ਭਗਤੀ ਨਾਲ ਜੁੜ ਲਿਆ ਕਰਨਗੀਆਂ ਰੋਹਾਂ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਵੇਖੋ ਕਿਸੇ ਰਾਮਦਾਸ ਧੰਨ ਗੁਰੂ ਅਰਜਨ ਦੇਵ ਮੁਖ ਵਿੱਚੋਂ ਸੁਭਾਵਕ ਹੀ ਨਿਕਲ ਨਿਕਲ ਹੋਰ ਤੇ ਹੋਰ ਦੋ ਟਾਈਮ ਟੀਵੀ ਤੇ ਟੈਲੀਕਾਸਟ ਚੱਲਦਾ ਟੀਟੀਸੀ ਨਿਊਜ਼ ਤੇ ਤੁਸੀਂ ਦਰਸ਼ਕ ਮੈਂ ਕਹਿੰਦਾ ਕੀ ਹੋ ਸਕਦਾ ਵੀ ਚਲੋ ਕਿਸੇ ਨੂੰ ਮਤ ਨਾ ਹੋਵੇ ਇਹ ਕਹਿ ਸਕਦੇ ਹਾਂ ਨਹੀਂ ਕਿਸੇ ਵੀ ਦੀਨ ਧਰਮ ਮਜ਼ਹਬ ਦਾ ਬੰਦਾ ਹੋਵੇ ਜਦੋਂ ਟੀਵੀ ਆਨ ਕਰਦੇ ਹਰਿਮੰਦਰ ਸਾਹਿਬ ਦਾ ਸਰੂਪ ਸਾਹਮਣੇ ਆਉਂਦਾ ਹਰ ਬੰਦਾ ਸਰੂਪ ਨੂੰ ਦੇਖ ਕੇ ਕਹਿੰਦਾ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਇਹ ਬਖਸ਼ਿਸ਼ ਹੈ ਜਿਹੜੇ ਉਸ ਇਮਾਰਤ ਦੇ ਬਿਲਡਿੰਗ ਦੇ ਉਹ ਹਰੀ ਦੇ ਮੰਦਰ ਦੇ ਦਰਸ਼ਨ ਕਰਨਗੇ ਉਹ ਸੁਭਾਵਕ ਭਗਤੀ ਨਾਲ ਜੁੜਿਆ ਕਰਨਗੇ ਫਕਰਾ ਜਿਹੜੇ ਆ ਸ਼ਹੀਦਾਂ ਦੀ ਨੀਂਹ ਚ ਪੈਰ ਧਰਦਿਆ ਕਰ ਆਪਣਾ ਸੀਸ ਤੇ ਦੇ ਦਿਆ ਕਰਨਗੇ ਧਰਮ ਲਈ ਪਰ ਪੈਰ ਦੇ ਪਿੱਛੇ ਹਟਾਇਆ ਕਰ ਹੁਣ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਦਿਹਾੜੇ ਆਇਆ ਕਰਨਗੇ ਇਹ ਰੰਗਲਾ ਸੱਜਣ ਸਾਡੇ ਯਾਦ ਆ ਜਾਂਦਾ ਆਹ ਦਿਨ ਸੀ ਗੁਰੂ ਰਣਧੀਰ ਸਿੰਘ ਸਾਡੇ ਚਲੇ ਆ ਬਹੁਤ ਜਨਮ ਪਿਛੜੇ ਥੇ ਮਾਰ ਲੋਗੇ ਕੋ ਜਨਮ ਇਹ ਸਤਿਗੁਰੂ ਜੀ ਕਿਰਪਾ ਕਰਿਓ ਕਿ ਇਸ ਆਪਣੇ ਬੱਚੇ ਦਾ ਜੀਵਨ ਕੀ ਉਹ ਤੁਹਾਡੇ ਚਰਨਾਂ ਨਾਲ ਜੁੜਿਆ ਤੇ ਹੁਣ ਕਿਰਪਾ ਕਰਿਓ ਇੱਧਰ ਉੱਧਰ ਆਤਮਾ ਨੂੰ ਨਾ ਜਾਣ ਦਿਓ ਕਿਰਪਾ ਕਰਕੇ ਗੁਰੂ ਨਾਨਕ ਦੇ ਘਰ ਦੀ ਸੇਵਾ ਕਲਗੀਆਂ ਵਾਲੇ ਦੇ ਨਿਸ਼ਾਨ ਸਾਹਿਬ ਦੀ ਸੇਵਾ ਕਰਦਾ ਸਿੰਘ ਤੁਹਾਡੇ ਚਰਨਾਂ ਚ ਆਇਆ ਕਿਰਪਾ ਕਰਿਓ ਆਪਣੇ
संसार है हूँ समा काफी ऊंचा हो गया छे पौड़िया आनंद साहब के बाद उपरंत अरदास बेनती सतगुरु सच्चे पातशाह जी का दरगाही हुक्मनामा साहब सरवण करके फिर आप अगले जो प्रोग्राम ने वो सरवण करने जितने दोस्त मित्र भैन भरा साख संबंधी नगर निवासी इलाका निवासी वक् वक् पार्टिया के आगू साहबान सारे सनौर शहर दिया गुरुद्वारा प्रबंधक कमेटियां धार्मिक जथेबंदियां सारे धर्मां दियां सभावां सोसाइटियां जितने भी सत संगी आप जी साडे अति सत्कार जो भाई साहब भाई रणवीर सिंह जी साडे लाडले रंगले सज्जन नूं श्रद्धा ते सम्मान करन समय जो समां कढ के पुजे हो समूह सेवक परिवार वालों जिथे सरदार कृष्ण सिंह जी ਇਹਨਾਂ ਵੱਲੋਂ ਧੰਨਵਾਦ ਹੈ ਸਮੁੱਚੀ ਸਾਧ ਸੰਗਤ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਹੈ ਦਾਸਾਂ ਵੱਲੋਂ ਵੀ ਸਤਿਕਾਰ ਯੋਗ ਦੇ ਅਤਿ ਸਤਿਕਾਰ ਯੋਗ ਸਤ ਬਾਬਾ ਹਰਦੇਵ ਸਿੰਘ ਜੀ ਸਤ ਬਾਬਾ ਹਰੀ ਸਿੰਘ ਜੀ ਇਹਨਾਂ ਮਹਾਂਪੁਰਸ਼ਾਂ ਵੱਲੋਂ ਵੀ ਆਈਆਂ ਸਾਰੀਆਂ ਸੰਗਤਾਂ ਨੂੰ ਜੀਓ ਆਇਆਂ ਤੈ ਵੱਲੋਂ ਧੰਨਵਾਦ ਦਾਸਪੁਰ ਫੋਨ ਗਿਆ ਭਾਈ ਲਖਵਿੰਦਰ ਸਿੰਘ ਹੋਰਾਂ ਦਾ ਲਖਵੀਰ ਸਿੰਘ ਹੋਰਾਂ ਦਾ ਅੱਜ ਦਾ ਦੀਵਾਨ ਸੀ ਸਾਡਾ ਉੱਧਰ ਹਰਿਆਣੇ ਫਤਿਹਾਬਾਦ ਤੋਂ ਜਦੋਂ ਦੱਸਿਆ ਕਹਿੰਦੇ ਜੀ ਕੀਰਤਨ ਦੀ ਗੱਲ ਜੀ ਵੀ ਭਰਨੀ ਮੈਂ ਕਿਹਾ ਵੀ ਚਲੋ ਅਸੀਂ ਪੈਸੇ ਆਵਾਂਗੇ ਦੁੱਖ ਵੰਡਾਉਣ ਵਾਸਤੇ ਜਿਵੇਂ ਕਹਿੰਦੇ ਜੀ ਨਹੀਂ ਮੈਂ ਬੇਨਤੀ ਕੀਤੀ ਸੀ ਮਹਾਂਪੁਰਸ਼ ਹੈਗੇ ਨੇ ਬਾਬਾ ਹਰਦੇਵ ਸਿੰਘ ਜੀ ਇੱਥੋਂ ਦਾ ਹਜ਼ੂਰੀ ਜਰਨਾ ਦੇਗਾ ਕਹਿੰਦੇ ਨਹੀਂ ਜੀ ਤੁਹਾਡਾ ਕੀਰਤਨ ਜਿਹੜਾ ਕਿ ਭਾਈ ਰਣਦੀਪ ਸਿੰਘ ਸਾਡੇ ਚੋਂ ਗਿਆ ਕਹਿੰਦੇ ਉਹ ਚਾਹ ਬੜਾ ਰਹਿੰਦਾ ਸੀ ਤੁਹਾਡੇ ਕੀਰਤਨ ਦਾ ਸਾਡਾ ਮਨ ਹੈ ਸਾਰੀ ਸੰਗਤ ਦਾ ਵੀ ਉਹਦੀ ਅੰਤਮ ਅਰਦਾਸ ਤੇ ਕੀਰਤਨ ਤੁਸੀਂ ਕਰੋ ਸਾਡਾ ਮਨ ਕਹਿੰਦਾ ਹੈ ਵੀ ਉਹਦੀ ਆਤਮਾ ਬੜੀ ਖੁਸ਼ ਹੋਈ ਤੇ ਮੈਂ ਕਿਹਾ ਵੀ ਜੇ ਇੰਨੀ ਵੱਡੀ ਗੱਲ ਆ ਤੇ ਫਿਰ ਸਾਡੇ ਲਈ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਕਿ ਇੱਕ ਸੱਜਣ ਆਪਣਾ ਜੀਵਨ ਸਫਲ ਕਰਕੇ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ ਸੱਚੀ ਦਰਗਹਿ ਜਾਏ ਸੱਚਾ ਪਿੰਡ ਮੱਲਿਆ ਦਰਗਾਹ ਨੂੰ ਜਾ ਰਿਹਾ ਤੇ ਜੇ ਆਹ ਸਾਡਾ ਪਿਆਰ ਉਹਦੇ ਨਾਲ ਹੈ ਤੇ ਫਿਰ ਇਸ ਤੋਂ ਉੱਤੇ ਕੀ ਲੈਣਾ ਅਸੀਂ ਉੱਧਰ ਸਮੇਂ ਚੋਂ ਸਮਾਂ ਕੱਢਕੇ ਸੰਗਤ ਦੇ ਦਰਸ਼ਨ ਕੀਤੇ ਨੇ ਹੋਈਆਂ ਤਮਾਮ ਫੁੱਲਾਂ ਦੀ ਖਿਮਾ ਹੁਣ ਛੇ ਪੌੜੀਆਂ ਆਨੰਦ ਸਾਹਿਬ ਦੇ ਪਾਠ ਕਰਾਂਗੇ ਜੀ ਉਪਰੰਤ ਅਰਦਾਸ ਬੇਨਤੀ ਹੋਏਗੀ ਸਭ ਦੇ ਚਰਨਾਂ ਫਿਰ ਦਰਗਾਹੀ ਹੁਕਮਨਾਮਾ ਸਭ ਸਰਵਣ ਕਰਕੇ ਅਗਲੇ ਜੋਗਰ ਜਿੱਦਾਂ ਦੇ ਵੀ ਪ੍ਰੋਗਰਾਮ ਹੋਣਗੇ ਉਹ ਸਰਵਣ ਕਰਨੇ ਆ ਜਿੱਥੇ ਆਪਾਂ ਸਭ ਸੰਗਤ ਰਾਹੀਂ ਕਥਾ ਕੀਰਤਨ ਦੇ ਰਾਂਦੇ ਉਸ ਰੰਗਲੇ ਸੱਜਣ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ ਦਾਸ ਇਹ ਸੰਗਤ ਨਾਲ ਪਿਆਰ ਪਾਉਣ ਕਰੇ ਆਪਣੇ ਵੱਲੋਂ ਨਿੱਜੀ ਤੌਰ ਤੇ ਇਕੋਂਕਾਰ ਆਸ਼ਰਮ ਠਾਠ ਨਾਨਕ ਸਰ ਗੁਰਨੇ ਕਲਾਂ ਨੇੜੇ ਬੁਢਲਾਡਾ ਜ਼ਿਲ੍ਹਾ ਮਾਨਸਾ ਅਸਥਾਨ ਵੱਲੋਂ ਸਮੂਹ ਜਥੇ ਵੱਲੋਂ ਭਾਈ ਰਣਧੀਰ ਸਿੰਘ ਹੋਰਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਸਭ ਦੇ ਚਰਨਾਂ 'ਚ ਅਰਦਾਸ ਕਰਦੇ ਸਤਿਗੁਰੂ ਜੀ ਕਿਰਪਾ ਕਰਿਓ ਇਹ ਸਭ ਮਾਨ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ ਪਰਿਵਾਰ ਨੂੰ ਤੇ ਸਾਧ ਸਵਾਨੀਆਂ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਹੋਈਆਂ ਤਮਾਮ ਫੁੱਲਾਂ ਦੀ ਖਿਮਾ ਆਓ ਸਾਰੇ ਆਨੰਦ ਸਾਹਿਬ ਵਿੱਚ ਜੁੜੋ ਰਾਮ ਕਲੀ ਮਹੱਲਾ ਤੀਜਾ ਨੰਦ ਕੋਂਕਾ ਸਤਿਗੁਰ ਪ੍ਰਸਾਦਿਆ ਨੰਦ ਪਿਆਰੇ ਸਤਿਗੁਰੂ I'm
ਪੰਜਾਬ ਤਖਤਾਂ ਸਰਬੱਤ ਗੁਰਦੁਆਰਿਆਂ ਦਾ
ਪੜ ਕੇ ਬੋਲਣਾ ਜੀ ਤੇਰਾ ਵੇ ਗੁਣਾਨਕ ਨਾਮ।
ਕਰੇ ਕੇਲਾ ਕਰਦੇ ਹੱਦ ਨੂੰ ਅਚਿੰਤੇ ਬਾਜ ਪਏ ਸੋਹਣੀ ਬਨ ਮਲਕਲ ਮੋਤ ਜਾਵਸੀ ਸਭ ਦਰਵਾਜੇ ਭੰਨ ਤਿਨਾ ਪਿਆਰਿਆਂ ਭਾਈਆਂ ਅੱਗੇ ਦਿੱਤਾ ਬਨ ਵੇਖੋ ਬੰਦਾ ਚੱਲਿਆ ਜਣਿਆਂ ਦੇ ਕੰਨ ਫਰੀਦਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਵਿੱਚ ਅਤੇ ਸਾਡੇ ਛੋਟੇ ਵੀਰ ਸਰਦਾਰ ਰਣਧੀਰ ਸਿੰਘ ਜੀ ਜੋ ਕਿ ਗੁਰੂ ਘਰ ਦੀ ਸੇਵਾ ਕਰਦੇ ਹੋਏ ਸਾਨੂੰ ਸਰੀਰ ਛੋੜਾ ਦੇ ਗਏ, ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਮੂਹ ਸਾਹਿਬ ਸਿੰਘ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦੇ ਅੰਤਮ ਅਰਦਾਸ ਮਾਧਿਅਮ ਵਿੱਚ ਸਾਡੇ ਸਾਰੇ ਰਿਸ਼ਤੇਦਾਰ, ਸਮੂਹ ਧਾਰਮਿਕ ਜਥੇਬੰਦੀਆਂ ਅਤੇ ਰਾਜਨੀਤਿਕ ਪਾਰਟੀਆਂ ਦੇ ਵੱਖ ਵੱਖ ਆਗੂ ਸਾਹਿਬਾਨ ਪਹੁੰਚੇ ਹਨ। ਸ਼੍ਰੀ ਗੁਰੂ ਅਰਦਾਸ ਸਭਾ ਦੇ ਪ੍ਰਧਾਨ ਸਰਦਾਰ ਕ੍ਰਿਸ਼ਨ ਸਿੰਘ ਜੀ ਫੌਜੀ ਵੱਲੋਂ ਅਤੇ ਸ਼੍ਰੀ ਗੁਰੂ ਅਰਦਾਸ ਸਭਾ ਦੇ ਸਮੂਹ ਮੈਂਬਰਾਂ ਵੱਲੋਂ, ਸਮੂਹ ਧਾਰਮਿਕ ਜਥੇਬੰਦੀਆਂ ਦੇ ਅਤੇ ਰਾਜਨੀਤਿਕ ਲੀਡਰਾਂ ਦੇ ਇੱਥੇ ਪਹੁੰਚਣ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਸਾਡੇ ਇਸ ਦੁੱਖ ਦੀ ਘੜੀ ਵਿੱਚ ਆ ਕੇ ਸਾਨੂੰ ਹੌਸਲਾ ਦਿੱਤਾ ਹੈ ਅਤੇ ਸਰਦਾਰ ਰਣਧੀਰ ਸਿੰਘ ਜੀ ਸਰਨਾਜ ਦੀ ਪੈਠ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ। ਸੋ ਅੱਜ ਦੇ ਇਸ ਅੰਤਮ ਅਰਦਾਸ ਸਮਾਗਮ ਵਿੱਚ ਪਹੁੰਚੇ ਹਨ ਸਰਦਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ, MLA ਸਾਹਿਬ ਸਨੌਰ, ਸਰਦਾਰ ਜਰਨੈਲ ਸਿੰਘ ਕਰਤਾਰਪੁਰ ਸ਼੍ਰੋਮਣੀ ਕਮੇਟੀ ਮੈਂਬਰ, ਜਥੇਦਾਰ ਜਸਮੀਤ ਸਿੰਘ ਲਾਚਲੂ, ਬੀਬੀ ਕੁਲਦੀਪ ਕੌਰ ਟੋਲਾ SG ਸ਼੍ਰੋਮਣੀ ਕਮੇਟੀ ਮੈਂਬਰ ਅੰਮ੍ਰਿਤਸਰ ਸਾਹਿਬ, ਸਰਦਾਰ ਜਗਜੀਤ ਸਿੰਘ ਜੀ ਕੋਹਲੀ ਸਿਆਸੀ ਸਕੱਤਰ, MP ਸਾਹਿਬ ਪ੍ਰੇਮ ਸਿੰਘ ਚੰਦੂਮਾਜਰਾ ਸਾਹਿਬ ਅਤੇ ਪੰਜਾਬ ਪਾਵਰਕਾਮ
ਤੋਂ ਬਿਜਲੀ ਬੋਰਡ ਸਾਹਿਬ ਬਿਜਲੀ ਬੋਰਡ ਤੋਂ ਐਕਸ਼ਨ ਸਾਹਿਬ ਗੁਰਜਾਨ ਸਿੰਘ ਜੀ ਚਹਿਲ ਐਸ ਡੀ ਓ ਸਾਹਿਬ ਰਾਮ ਸਿੰਘ ਜੀ ਅਤੇ ਕਾਂਗਰਸ ਪਾਰਟੀ ਤੋਂ ਸ਼੍ਰੀ ਰਜੀਵ ਗੋਇਲ ਜੀ ਸੈਕਟਰੀ ਸਰਦਾਰ ਹਰਜਿੰਦਰ ਸਿੰਘ ਜੀ ਪੀ ਏ ਸਰਦਾਰ ਹਰਿੰਦਰਪਾਲ ਸਿੰਘ ਜੀ ਹੈਗੀ ਮਾਂ ਉਹਨਾਂ ਵੱਲੋਂ ਸਰਦਾਰ ਜਗਿੰਦਰ ਸਿੰਘ ਜੀ ਕਾਕੜਾ ਸਾਹਿਬ ਇੱਥੇ ਪਹੁੰਚੇ ਹਨ ਸਮੂਹ ਰਾਜਨੀਤਿਕ ਜਥੇਬੰਦੀਆਂ ਦਾ ਇੱਥੇ ਪਹੁੰਚਣ 'ਤੇ ਜੀ ਆਇਆਂ ਕਿਹਾ ਜਾਂਦਾ ਹੈ ਅਤੇ ਹੁਣ ਸਭ ਤੋਂ ਪਹਿਲਾਂ ਸ੍ਰੀ ਹਰਿੰਦਰਪਾਲ ਸਿੰਘ ਚੰਦੂਮਾਜਰਾ ਸਾਹਿਬ ਸਰਦਾਰ ਹਰਦੇਵ ਸਿੰਘ ਸਾਹਿਬ ਨੂੰ ਸ਼ਰਧਾਂਜਲੀ ਭੇਟ ਕਰਨਗੇ ਉਸ ਤੋਂ ਬਾਅਦ ਸਰਦਾਰ ਜਗਿੰਦਰ ਸਿੰਘ ਜੀ ਕਾਕੜਾ ਸਾਹਿਬ ਸਰਦਾਰ ਹਰਿੰਦਰਪਾਲ ਸਿੰਘ ਹਰੀਮਾਨ ਵੱਲੋਂ ਸਰਦਾਰ ਰਣਧੀਰ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕਰਨਗੇ ਸ੍ਰੀ ਹਰਿੰਦਰਪਾਲ ਸਿੰਘ ਚੰਦੂਮਾਜਰਾ ਜੀ ਬੇਨਤੀ ਹੈ ਕਿਰਪਾ ਕਰਕੇ ਮੰਚ 'ਤੇ ਆਉਣ ਸਰਦਾਰ ਰਣਧੀਰ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਸ਼ਰਧਾ ਦੇ ਫੁੱਲ ਭੇਟ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਕਾਲੀਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁਰੂ ਵਿਰਾਜਮਾਨ ਗੁਰੂ ਸਾਹਿਬ ਸਾਹਿਬ ਜੀ ਸਭ ਤੋਂ ਪਹਿਲਾਂ ਗੁਰੂ ਜੀ ਬਖਸ਼ੀ ਹੋਏ ਫਤਿਹ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਬੜੇ ਘੜੇ ਮਨ ਦੇ ਨਾਲ ਸੱਜ ਰੱਖਾਂ ਦੇ ਨਾਲ ਇਸ ਗੁਰੂ ਨੂੰ ਮਨਾਉਣ ਲਈ ਇਕੱਠੇ ਹੋਏ ਹਾਂ ਕਿਉਂਕਿ ਵਿਛੋੜਾ ਸ਼ਬਦ ਹੀ ਇੱਕ ਐਸਾ ਸ਼ਬਦ ਆ ਜਿਹੜਾ ਅੰਤਾਂ ਦੀ ਪੀੜਾ ਪੂਰਾ ਕਰੇ ਅਤੇ ਫਿਰ ਪਰਿਵਾਰ ਦੇ ਇੱਕ ਜੀ ਦਾ ਵਿਛੋੜਾ ਹੋਣਹਾਰ ਪੁੱਤ ਦਾ ਵਿਛੋੜਾ ਆਪਣੇ ਆਪ ਵਿੱਚ ਬਹੁਤ ਹੀ ਅਸਹਿ ਅਤੇ ਅਡਹਿ ਹੈ ਇਸ ਵਿਛੋੜੇ ਦੀ ਪੀੜਾ ਨੂੰ ਸ਼ਬਦਾਂ ਦਾ ਜਾਮਾ ਨਹੀਂ ਪਹਿਨਾਇਆ ਜਾ ਸਕਦਾ ਇਸ ਦਰਦ ਨੂੰ ਕੇਵਲ ਮਹਿਸੂਸ ਕੀਤਾ ਜਾ ਸਕਦਾ ਜੋ ਤੁਸੀਂ ਅਸੀਂ ਅੱਜ ਸਾਰੇ ਮੈਂ ਸਮਝਦਾ ਵੀ ਭਾਈ ਰਣਧੀਰ ਸਿੰਘ ਉਹਨਾਂ ਦੀ ਸੇਵਾ ਤੋਂ ਪ੍ਰਭਾਵਿਤ ਜਿਸ ਤਰੀਕੇ ਨਾਲ ਆਪਣੇ ਆਖਰੀ ਸਾਹ ਧਰਮ ਦੀ ਕਰਮ ਦੀ ਕੌਮ ਦੀ ਸੇਵਾ ਨਿਭਾਉਂਦੇ ਹੋਏ ਉਹਨਾਂ ਨੇ ਦਿੱਤੇ ਭਰੀ ਜਵਾਨੀ ਵਿੱਚ ਦਿੱਤੇ ਕੁਦਰਤੀ ਰੂਪ ਵਿੱਚ ਭਾਈ ਰਣਧੀਰ ਸਿੰਘ ਉਹਨਾਂ ਦੀ ਇਹ ਮੌਤ ਨਹੀਂ ਸ਼ਹਾਦਤ ਆ ਮੈਂ ਕਹਿ ਸਕਦਾ ਕਿਉਂਕਿ ਨਿੱਜੀ ਪਰਿਵਾਰ ਲਈ ਪਰਿਵਾਰ ਦੇ ਅਧਿਆਇਆਂ ਲਈ ਜਾਂ ਕਿਸੇ ਹੋਰ ਢੰਗ ਨਾਲ ਹੀ ਮੌਤ ਹੁੰਦੀ ਆ ਪਰ ਕੋਈ ਸਾਂਝੇ ਕੰਮਾਂ ਲਈ ਉਪਰਾਲੇ ਕਰਦੇ ਆਪਣੇ ਜਦੋਂ ਕੋਈ ਬੰਦਾ ਇਹ ਜਹਾਨ ਤੋਂ ਰੁਖਸ਼ਤ ਹੁੰਦਾ ਤਾਂ ਕੁਦਰਤੀ ਰੂਪ ਵਿੱਚੋਂ ਸ਼ਹਾਦਤ ਹੁੰਦੀ ਆ ਅਤੇ ਐਸੀ ਸੇਵਾ ਬਹੁਤ ਵੱਡੀ ਪ੍ਰੇਰਣਾ ਦੇ ਜਾਂਦੀ ਆ ਉਹਦੀ ਐਸੀ ਉਮਰ ਦੇ ਵਿੱਚ ਐਸੀ ਘਟਨਾ ਮੈਂ ਸਮਝਦਾ ਅਸਹਿ ਤੇ ਕਹਿਤਾ ਹੈ ਪਰ ਬਹੁਤ ਵੱਡੀ ਪ੍ਰੇਰਣਾ ਦਾ ਸਰੋਤ ਆ ਮੈਂ ਉਸ ਮਾਂ ਦੇ ਦੁੱਖ ਨੂੰ ਤਾਂ ਨਹੀਂ ਬਿਆਨ ਕਰ ਸਕਦਾ ਜਿਸ ਮਾਂ ਨੇ ਗੋਰੀਆਂ ਦੇ ਦੇ ਕੇ ਕਿੰਨੀਆਂ ਰੀਝਾਂ ਸੁਪਨੇ ਚਾਹਵਾਂ ਦੇ ਨਾਲ ਆਪਣੇ ਪੁੱਤ ਨੂੰ ਜਵਾਨ ਹੁੰਦਿਆਂ ਵੇਖਿਆ ਕਿੰਨੇ ਸੁਪਨੇ ਉਹਦੇ ਆਉਣ ਵਾਲੇ ਭਵਿੱਖ ਲਈ ਬੁਣੇ ਉਹ ਟੁੱਟੀਆਂ ਹੋਈਆਂ ਸਦਰਾਂ ਨੂੰ ਕੁਦਰਤੀ ਰੂਪ ਵਿੱਚ ਬਿਆਨ ਕਰਨਾ ਬਹੁਤ ਔਖਾ ਅਤੇ ਮੈਨੂੰ ਇਸ ਚੀਜ਼ ਦਾ ਵੀ ਕੁਦਰਤੀ ਰੂਪ ਵਿੱਚ ਅਫਸੋਸ ਵੀ ਆ ਕਿ ਭਾਵੇਂ ਪ੍ਰਸ਼ਾਸਨਿਕ ਗਹਿਰੀ ਦਾ ਨਤੀਜਾ ਲਾ ਲਓ ਕਿ ਇਹ ਘਟਨਾ ਟਾਲੀ ਜਾ ਸਕਦੀ ਸੀ ਮੈਨੂੰ ਇਸ ਚੀਜ਼ ਦਾ ਵੀ ਅਫਸੋਸ ਆ ਕਿ ਇੱਕ ਨੌਜਵਾਨ ਬੱਚਾ ਗਿਆ ਅਤੇ ਉਹਦੀ ਮੌਤ ਦਾ ਇਨਸਾਫ ਲੈਣ ਲਈ ਉਹਦੇ ਸਾਥੀਆਂ ਨੂੰ ਉਹਦੇ ਪਰਿਵਾਰ ਨੂੰ ਕੜਕੜੀ ਧੁੱਪ ਦੇ ਵਿੱਚ ਸੜਕਾਂ ਦੇ ਉੱਤੇ ਬੈਠਣਾ ਪਿਆ ਇਹ ਸਾਡੀ ਤ੍ਰਾਸਦੀ ਆ ਇਹਦੇ ਬਾਰੇ ਮੈਂ ਹੋਰ ਕੁਝ ਨਹੀਂ ਕਹਿ ਸਕਦਾ ਕਿਉਂਕਿ ਸ਼ਰਧਾਂਜਲੀ ਸਮਾਗਮ ਆ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਸਰਦਾਰ ਸੁਰੇਸ਼ ਸਿੰਘ ਜੀ ਦਰਸ਼ਕੋਂ ਸਰਦਾਰ ਜਰਨੈਲ ਸਿੰਘ ਜੀ ਕਰਤਾਰਪੁਰ ਸਾਹਿਬ ਅਸੀਂ ਜਿਸ ਸੰਸਕਾਰ ਦੇ ਵੀ ਆਗੇ ਗਏ ਕਿਉਂਕਿ ਮੇਰੇ ਨਾਲ ਕੁਦਰਤੀ ਰੂਪ ਵਿੱਚ ਭਾਵੇਂ ਰਣਧੀਰ ਸਿੰਘ ਸੀ ਭਾਵੇਂ ਸਰਦਾਰ ਕਿਸ਼ਨ ਸਿੰਘ ਜੀ ਫੌਜੀ ਨੇ ਭਾਵੇਂ ਸਰਦਾਰ ਹਰਪਾਲ ਸਿੰਘ ਹੋਣੀ ਨੇ ਭਾਵੇਂ ਮੇਰਾ ਵੀਰ ਸਰਦਾਰ ਰਣਵੀਰ ਸਿੰਘ ਜਿਹੜਾ ਉਹਨਾਂ ਦੇ ਨਾਲ ਉਸ ਸਮੇਂ ਮੌਜੂਦ ਸੀ ਜੀ ਦੀ ਬਹੁਤ ਵੱਡੀ ਸੇਵਾ ਸੀ ਪਰ ਪਰਮਾਤਮਾ ਨੇ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਮਿਹਰਬਾਨੀ ਕੀਤੀ ਉਹ ਜ਼ਖਮੀ ਹੋਏ ਪਰ ਫਿਰ ਵੀ ਉਹਨਾਂ ਦੇ ਸਿਰ 'ਤੇ ਹੱਥ ਰੱਖਿਆ ਨਿੱਜੀ ਤੌਰ 'ਤੇ ਇੱਕ ਪਰਿਵਾਰਕ ਮੈਂਬਰ ਬਣ ਕੇ ਇਸ ਟੀਮ ਦਾ ਇੱਕ ਹਿੱਸਾ ਬਣ ਕੇ ਭਰਾਵਾਂ ਵਰਗੇ ਪਿਆਰ ਨਾਲ ਇਹਨਾਂ ਨੌਜਵਾਨਾਂ ਵਿੱਚ ਵਿਚਰਨ ਦਾ ਮੌਕਾ ਮਿਲਿਆ ਅਤੇ ਕੁਦਰਤੀ ਰੂਪ ਵਿੱਚ ਆਪਣੇ ਐਸੇ ਸਾਥੀ ਦੀ ਮੌਤ ਸਹਿ ਦੇ ਰਹਿ ਹੈ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਪਹੁੰਚ ਕੀਤੀ ਸਾਡੇ ਮੈਂਬਰ ਸਾਹਿਬਾਨ ਨਾਲ ਗਏ ਦਰਸ਼ਨ ਸਾਹਿਬ ਅਤੇ ਕਰਤਾਰਪੁਰ ਸਾਹਿਬ ਨਾਲ ਜੋ ਪ੍ਰਧਾਨ ਮਾਰਾ ਕੇ ਇਸ ਮੌਤ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ
ਇਸ ਘਾਟੇ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ, ਪਰ ਮਾਨਯੋਗ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰੋਫੈਸਰ ਕਿਰਪਾਲ ਸਿੰਘ ਗੁਰਗਰ ਸਾਹਿਬ ਬਣਾਣੀ ਇਸ ਨੌਜਵਾਨ ਦੇ ਸਿਦਕ, ਇਸ ਨੌਜਵਾਨ ਦੀ ਕੌਮ ਦੀ ਵਿਚਾਰ ਅਤੇ ਕੌਮ ਦੀ ਸੋਚ ਪ੍ਰਤੀ ਸਮਰੱਥਾ ਨੂੰ ਸਲਾਮ ਕਰਦਿਆਂ ਹੋਇਆਂ, ਕਿਉਂਕਿ ਘਾਟਾ ਤਾਂ ਨਹੀਂ ਪੂਰਾ ਕੀਤਾ ਜਾ ਸਕਦਾ, ਪਰ ਇੱਕ ਆਪਣੇ ਵੱਲੋਂ ਜ਼ਰੂਰ ਉਹਨਾਂ ਨੇ ਇਸ ਪਰਿਵਾਰ ਦੇ ਇੱਕ ਜੀਅ ਨੂੰ ਜਿੱਥੇ ਨੌਕਰੀ ਦੇਣ ਦਾ ਐਲਾਨ ਕੀਤਾ, ਉੱਥੇ 1,00,000 ਰੁਪਇਆ ਪਰਿਵਾਰ ਨੂੰ ਕੰਪਨਸੇਸ਼ਨ ਦੇ ਤੌਰ 'ਤੇ ਦਿੱਤੀ ਸ਼੍ਰੋਮਣੀ ਕਮੇਟੀ, ਕਿਉਂਕਿ ਧਾਰਮਿਕ ਕਾਰਜ ਦੇ ਵਿੱਚ ਲੱਗੇ ਹੋਏ ਸੀ, ਇੱਕ ਨੇਕ ਕਾਰਜ ਦੇ ਵਿੱਚ ਲੱਗੇ ਹੋਏ ਸੀ। ਅੱਜ ਦਾ ਨੌਜਵਾਨ ਜਿੱਥੇ ਕਿੰਨੇ ਵਿਵਾਦਾਂ ਵਿੱਚ ਉਲਝਿਆ ਹੋਇਆ, ਉੱਥੇ ਐਸੇ ਨੌਜਵਾਨ ਸਾਡਾ ਸਰਮਾਇਆ ਹੈ, ਐਸੇ ਨੌਜਵਾਨ ਸਾਡੇ ਦੀ ਇੱਕ ਸੰਸਥਾ ਬਣ ਚੁੱਕੇ ਨੇ ਛੋਟੀ ਉਮਰੇ। ਤੋਂ ਪ੍ਰਧਾਨ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਵੀ ਕਰਦੇ ਹਾਂ, ਉਹਨਾਂ ਨੇ ਸਾਡੀ ਬੇਨਤੀ ਕਬੂਲ ਕੀਤੀ, ਆਪਣਾ ਯੋਗਦਾਨ ਪਾਇਆ। ਮੈਂ ਇੱਕ ਵਾਰੀ ਫਿਰ ਇੱਥੇ ਆਪਣੇ ਉਸ ਅੰਗੜੇ ਸਿਰਜਣ ਨੂੰ ਆਪਣੀ ਸ਼ਰਧਾ ਆਪਣਾ ਸਤਿਕਾਰ ਭੇਟ ਕਰ ਸਕਦਾ ਕਰਦਾ ਉੱਥੇ, ਕਿਉਂਕਿ ਦੁੱਖ ਪਹਾੜ ਜਿਹਾ ਜਿੱਥੇ ਨਿਮਰ ਲਾਂਭਾ ਨਿਮਰ ਸ਼ਿਕਵਾ ਜਦੋਂ ਇਹ ਖਬਰ ਮਿਲੀ ਪਰਮਾਤਮਾ ਦੇ ਚਰਨਾਂ ਵਿੱਚ ਗਿਆ, ਉੱਥੇ ਮੈਂ ਕਹਿ ਸਕਦਾ ਕਿ ਇਸ ਦੁੱਖ ਨੂੰ ਜ਼ਰਬ ਦਾ ਜ਼ੇਰਾ ਵੀ ਗੁਰੂ ਦੀ ਬਾਣੀ ਗੁਰੂ ਦਾ ਇਤਿਹਾਸ ਹੀ ਦੇ ਸਕਦਾ, ਗੁਰਬਾਣੀ ਦਾ ਪ੍ਰਮਾਣ ਹੈ ਜਿਸ ਕੀ ਵਰਸਤ ਦਿਸਾਗੇ ਰੱਖੇ ਪ੍ਰਭੀ ਆ ਗਿਆ ਮਾਨੇ ਮਾਤੇ, ਜੋ ਪਰਿਵਾਰ ਗੁਰੂ ਦੀ ਰਜ਼ਾ ਵਿੱਚ ਰਹਿਣ ਵਾਲਾ ਗੁਰੂ ਦੇ ਸ਼ਬਦ ਵਿਚਾਰ ਨੂੰ ਸਮਰਪਿਤ ਇਹ ਪਰਿਵਾਰ ਗੁਰੂ ਦਾ ਭਾਣਾ ਮੰਨ ਕੇ ਇਸ ਪਹਾੜ ਜੀ ਦੇ ਵਿੱਚ ਜਰੂਗਾ। ਮੈਂ ਆਪਣੇ ਵੱਲੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰ ਸਾਹਿਬਾਨ ਇੱਥੇ ਬੈਠੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਜਥੇਬੰਦੀ ਵੱਲੋਂ ਵੀ ਸਿਰ ਝੁਕਾ ਕੇ ਜਿੱਥੇ ਸ਼ਰਧਾ ਦਾ ਸਤਿਕਾਰ ਭੇਟ ਕਰਦਾ, ਉੱਥੇ ਆਪਣੀ ਮਾਤਾ ਨੂੰ ਵਿਸ਼ਵਾਸ ਪਾਉਂਦਾ ਵੀ ਜਿੱਥੇ ਵੀ ਹੋਵੇ ਗੁਰਸੁੱਖ ਦੇ ਵਿੱਚ ਤੁਹਾਡੇ ਨਾਲ ਜਿਵੇਂ ਪਹਿਲਾਂ ਖੜ੍ਹੇ ਹਾਂ ਤੁਸੀਂ ਸਾਡੇ ਨਾਲ ਖੜ੍ਹੇ ਹੋ, ਇੰਨੇ ਤੁਹਾਡੇ ਨਾਲ ਵੀ ਦੂਜੀ ਘੜੀ ਵਿੱਚ ਫਸਦੇ ਰਹਾਂਗੇ। ਇੱਕ ਸੰਕਲਪ ਕਰਕੇ ਜਾਈਏ ਕਿ ਜੋ ਸੋਚ ਸੀ ਭਾਈ ਰਣਜੀਤ ਸਿੰਘ ਹੋਰਾਂ ਦੀ ਉਹਨੂੰ ਅੱਗੇ ਦੌੜਾਂਗੇ, ਉਹਨੂੰ ਅੱਗੇ ਲੈ ਕੇ ਜਾਵਾਂਗੇ, ਮਿਲ ਕੇ ਇਸ ਤਰੀਕੇ ਦੀਆਂ ਲੀਹਾਂ ਆਪਾਂ ਵੀ ਇਕੱਠੇ ਹੋ ਕੇ ਸਮਾਜ ਵਿੱਚ ਪਾਉਣ ਦਾ ਯਤਨ ਕਰਾਂਗੇ। ਜਿਹੜੀਆਂ ਲੀਹਾਂ ਨਿੱਕੀ ਉਮਰੇ ਭਾਈ ਰਣਜੀਤ ਸਿੰਘ ਪਾ ਕੇ ਗਿਆ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਦਾ ਖਾਲਸਾ, ਗੁਰੂ ਮਹਾਰਾਜ ਜੀ ਦੇ ਇੰਸਟੀਚਿਊਟ ਵਿੱਚ ਗੁਰੂ ਗ੍ਰੰਥ ਸਾਹਿਬ ਸੰਗਤ ਜੀ ਬਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਕਰਮ ਲਿਆ। ਬਹੁਤ ਹੀ ਹੋਣਹਾਰ ਨੌਜਵਾਨ ਆਗੂ, ਨੌਜਵਾਨਾਂ ਦੇ ਦਿਲਾਂ ਦੀ ਧੜਕਣ ਇਸ ਇਲਾਕੇ ਦੀ, ਮੈਂ ਸਭ ਨਾਲ ਕਿ ਜੋ ਇੱਕ ਧਾਰਮਿਕ ਸੇਵਾ ਕਰਦੇ ਹੋਏ ਸਾਥੋਂ ਵਿਛੜਿਆ, ਬਹੁਤ ਹੀ ਵੱਡਾ ਵਿਛੋੜਾ ਜਿਸ ਨੇ ਬਾਣਾ ਵਾਪਰਿਆ। ਦਾਸ ਨੂੰ ਪਤਾ ਲੱਗਾ, ਸਾਡੇ MLA ਸਾਹਿਬ ਅਤੇ ਸਮੁੱਚੀ ਟੀਮ, ਅਸੀਂ ਮੌਕੇ 'ਤੇ ਵੀ ਆਏ ਪਹੁੰਚੇ। ਪਹਾੜ ਜਿਹੜਾ ਦੁੱਖ ਹੈ ਜੋ ਨਾ ਸਹਿਣ ਯੋਗ ਸੀ, ਪਰ ਉਸ ਪ੍ਰਭੂ ਦੇ ਚਰਨਾਂ ਦੇ ਵਿੱਚ ਮੈਂ ਸਭ ਨਾਲ ਸੇਵਾ ਕਰਦਾ ਹੋਇਆ ਮੇਰਾ ਵੀਰ ਗਿਆ, ਉਹਨੇ ਆਪਣੀ ਜ਼ਿੰਦਗੀ ਉਸ ਲੇਖੇ ਲਾ ਦਿੱਤੀ ਜੋ ਪ੍ਰਣ ਕਰਕੇ ਆਇਆ। ਉਸ ਦੇ ਨਾਲ ਦੂਸਰਾ ਵੀ ਜਿਸ ਦੇ ਸੱਟਾਂ ਵੀ ਲੱਗੀਆਂ, ਅਸੀਂ ਸ਼ਮਸ਼ਾਨਗੜ੍ਹ ਵਿੱਚ ਬੈਠ ਕੇ ਕਾਫੀ ਦੇਰ ਗੱਲਾਂ ਕਰਦੇ ਰਹੇ। ਉਸ ਜਿਵੇਂ ਉਹਨੇ ਮੈਨੂੰ ਦੱਸਿਆ ਕਿ ਉਸ ਨੌਜਵਾਨ ਦਾ ਗੁਰੂ ਦੇ ਗੁਰੂ ਪ੍ਰਤੀ ਕਿੰਨਾ ਪਿਆਰ ਸੀ, ਇੱਕ ਸੰਕਲਪ ਲੈ ਕੇ ਤੁਰਿਆ ਸੀ ਧਾਰਮਿਕ ਸੇਵਾ ਦਾ। ਸੋ ਗੁਰੂ ਗ੍ਰੰਥ ਸਾਹਿਬ ਸੰਗਤ ਜੀ, ਮੈਂ ਸਿੱਧਾ ਕਰਦਾ ਉਸਦੇ ਇਸ ਉਪਰਾਲੇ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਜਿਵੇਂ ਸਾਡੇ MLA ਸਾਹਿਬ ਪਹਿਲਾਂ ਦੱਸ ਚੁੱਕੇ ਨੇ, ਅਸੀਂ ਹਮੇਸ਼ਾ ਇਸ ਪਰਿਵਾਰ ਦੇ ਰਿਹਾ ਰਹਾਂਗੇ ਕਿ ਜਦੋਂ ਵੀ ਕਿਤੇ ਲੋੜ ਪਵੇ, ਵੈਸੇ ਤਾਂ ਗੁਰੂ ਸਾਡੇ ਹਮੇਸ਼ਾ ਵੀ ਸਹਾਈ ਹੈ, ਫਿਰ ਵੀ ਸਮਾਜਿਕ ਤੌਰ 'ਤੇ ਕਿਤੇ ਨਾ ਕਿਤੇ ਸਾਨੂੰ ਲੋੜਾਂ ਰਹਿੰਦੀਆਂ, ਅਸੀਂ ਹਮੇਸ਼ਾ ਇਸ ਪਰਿਵਾਰ ਦੇ ਨਾਲ। ਗੁਰੂ ਕਿਰਪਾ ਕਰੇ ਅਸੀਂ ਅਤੇ ਸਾਡੇ ਨੌਜਵਾਨ ਜੋ ਸਿੱਖੀ ਪ੍ਰਤੀ ਸੇਵਾ ਕਰ ਰਹੇ ਨੇ ਉਹ ਨਿਰੰਤਰ ਕਰਦੇ ਰਹਿਣ। ਮੈਂ ਪਰਿਵਾਰ ਦੇ ਨਾਲ, ਰਿਸ਼ਤੇਦਾਰਾਂ ਦੇ ਨਾਲ, ਸੱਜਣਾ ਮਿੱਤਰਾਂ ਦੇ ਨਾਲ, ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਜੋ ਆਗੂ ਸਾਹਿਬਾਨ ਆਏ ਨੇ, ਸਾਰੇ ਨੇ ਇਸ ਸਮੇਂ ਦੇ ਉੱਤੇ ਦੁੱਖ ਭਰਿਆ ਸਾਹਸ ਕਰਦਾ ਹੋਇਆ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਾਮਿਲ ਹੁੰਦਾ ਹੈ। ਅਤੇ ਆਪਾਂ ਸਾਰਿਆਂ ਦਾ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ
ਇਸ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਈਂ, ਸਾਨੂੰ ਸਾਰਿਆਂ ਨੂੰ ਇਹ ਭਾਣਾ ਮਨਾਂ ਦਾ ਬਲ ਬਖਸ਼ੀ। ਪੁਰਚੁਕ ਦੀ ਖੇਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂਬਰ ਸ਼੍ਰੋਮਣੀ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ, ਅਤੇ ਹੁਣ ਮੈਂ ਬੇਨਤੀ ਕਰਾਂਗਾ ਬੀਬੀ ਕੁਲਦੀਪ ਕੌਰ ਜੀ ਟੋੜਾ, ਮੈਂਬਰ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਸਾਹਿਬ ਅਤੇ ਆਮ ਆਦਮੀ ਪਾਰਟੀ ਦੇ ਆਗੂ ਸਾਹਿਬਾਨ ਇੱਥੇ ਪਹੁੰਚੇ ਹਨ, ਉਹ ਵੀ ਸਰਦਾਰ ਰਣਜੀਤ ਸਿੰਘ ਜੀ ਨੂੰ 2 ਮਿੰਟ ਵਾਸਤੇ ਸ਼ਰਧਾ ਦੇ ਫੁੱਲ ਭੇਟ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਿਹਾ ਜੀ ਰਿਹਾ ਤੇਰਾ ਹੁਕਮ, ਕੱਲੇ ਆਵੇ ਨਾਨਕਾ ਸੰਦੇ ਹੁਕਮ ਜੈ। ਇਹ ਮਹਾਂਵਾਕ ਅਨੁਸਾਰ ਅੱਜ ਆਪਾਂ ਸਾਰੇ ਉਸ ਵਿਛੜੀ ਰੂਹ ਜਿਹਦੇ 'ਤੇ ਨਹੀਂ ਕਹਿਣਾ ਸਹਿਣਾ ਕੋਈ ਸ਼ਬਦ ਨਹੀਂ ਅਸੀਂ ਹੈਗੇ, ਉਹਨਾਂ ਦੀ ਅੰਤਮ ਅਰਦਾਸ ਵਿੱਚ ਕਾਕਾ ਰਣਜੀਤ ਸਿੰਘ ਜੀ ਪਹੁੰਚੇ ਹਾਂ। ਅਤੇ ਮੇਰਾ ਖਿਆਲ ਆ ਵੀ ਉਹਨਾਂ ਦੀ ਫੋਟੋ ਨੂੰ ਦੇਖ ਕੇ ਹੀ ਇੰਨਾ ਕੁ ਮਨ ਵੀ ਇਹੋ ਜਿਹੇ ਬੱਚੇ ਜਿਹੜੇ ਕਿ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਨੂੰ ਇੰਨੀ ਛੋਟੀ ਉਮਰ ਦੇ ਵਿੱਚ ਗੁਰੂ ਘਰ ਨਾਲ ਜੁੜੇ, ਗੁਰੂ ਦੇ ਬਾਣੀ ਨਾਲ ਜੁੜੇ ਬਹੁਤ ਘੱਟ ਮਿਲਦੇ। ਸੋ ਉਹਨਾਂ ਦੀ ਅੰਤਮ ਅਰਦਾਸ ਵਿੱਚ ਆਪਾਂ ਸਾਰੇ ਪਹੁੰਚੇ ਹਾਂ, ਜਿੱਥੇ ਉਹਨਾਂ ਨੇ ਗੁਰੂ ਦੀ ਬਾਣੀ ਦਾ ਪਰਿਵਾਰ ਨੇ ਉਹ ਆਸਰਾ ਲਿਆ, ਉੱਥੇ ਤੁਸੀਂ ਇੰਨੀ ਵੱਡੀ ਗਿਣਤੀ ਦੇ ਵਿੱਚ, ਚਾਹੇ ਰਾਜਨੀਤਿਕ ਪਾਰਟੀਆਂ ਨੇ, ਚਾਹੇ ਰਿਸ਼ਤੇਦਾਰ ਨੇ, ਨਗਰ ਵਾਸੀ ਨੇ, ਇਲਾਕਾ ਵਾਸੀ ਨੇ, ਸਾਰਿਆਂ ਨੇ ਪਹੁੰਚ ਕੇ ਪਰਿਵਾਰ ਨੂੰ ਇੱਕ ਬਹੁਤ ਵੱਡੇ ਧਿਆਨ ਸੁਣ ਇਹੋ ਜਿਹੇ ਦੁੱਖ ਦੇ ਵਿੱਚ ਕੁਛ ਕਹਿਣਾ ਬੜਾ ਮੁਸ਼ਕਲ ਹੁੰਦਾ ਹੈ, ਕਿਉਂਕਿ ਹਲੇ ਇੰਨੀ ਛੋਟੀ ਉਮਰ ਬੱਚੇ ਨੇ ਆਪਣੀ ਪੜ੍ਹਾਈ ਵੀ ਨਹੀਂ ਸੀ ਪੂਰੀ ਕੀਤੀ। ਉਸ ਮਾਤਾ ਪਿਤਾ ਲਈ ਜਿਨ੍ਹਾਂ ਨੇ ਬੱਚੇ ਨੂੰ ਜਨਮ ਤੋਂ ਲੈ ਕੇ ਕਿੰਨੀਆਂ ਕੁ ਮਨ ਦੀਆਂ ਇੱਛਾਵਾਂ ਹੁੰਦੀਆਂ ਨੇ, ਕਿਸੇ ਬੱਚੇ ਨੂੰ ਅਸੀਂ ਕਿਸ ਮੁਕਾਮ 'ਤੇ ਪਹੁੰਚਾਉਣਾ ਹੈ, ਅਤੇ ਉਸੇ ਬੱਚੇ ਨੂੰ ਇਹ ਜਿਸ ਬੱਚੇ ਨੇ ਮਾਤਾ ਪਿਤਾ ਦੀ ਸੇਵਾ ਕਰਨੀ ਸੀ ਉਸ ਜਗ੍ਹਾ 'ਤੇ ਆਪਣੇ ਮਾਤਾ ਪਿਤਾ ਨੂੰ ਪਹੁੰਚਾਉਣਾ ਸੀ, ਜਿਸ ਜਗ੍ਹਾ 'ਤੇ ਮਾਤਾ ਪਿਤਾ ਨੂੰ ਉਸ ਬੱਚੇ ਨੂੰ ਪਹੁੰਚਾਉਣਾ ਹੋਇਆ ਉਸ ਮੋਢਿਆਂ 'ਤੇ ਲੈ ਕੇ, ਇਦੋਂ ਵੱਡਾ ਦੁੱਖ ਮਾਤਾ ਪਿਤਾ ਦੀ ਕੋਈ ਨਹੀਂ ਸੀ। ਪਰ ਗੱਲ ਉਹੀ ਹੈ ਕਿ ਤੁਸੀਂ ਅੰਦਰ ਸਭ ਤੋਂ ਬਾਅਦ ਹੋਣਾ ਹੋਏ ਪਾਣਾ ਵਾਹਿਗੁਰੂ ਦਾ, ਇਹ ਸਾਨੂੰ ਮੰਨਣਾ ਪੈਂਦਾ ਹੈ। ਜਿੰਨੀ ਸਵਾਸਾਂ ਦੀ ਪੂੰਜੀ ਵਾਹਿਗੁਰੂ ਵੱਲੋਂ ਲਿਖੀ ਜਾਂਦੀ ਹੈ ਉਨੀ ਉਹ ਇਨਸਾਨ ਪੂਰੀ ਕਰਕੇ ਚੱਲਿਆ ਜਾਂਦਾ, ਪਰ ਜਾਣ ਜਾਣ 'ਚ ਫਰਕ ਹੁੰਦਾ। ਇੰਨੀ ਛੋਟੀ ਉਮਰ ਦੇ ਵਿੱਚ ਜਾਣਾ ਔਰ ਗੁਰੂ ਘਰ ਦੀ ਸੇਵਾ ਕਰਦੇ, ਦੋ ਜਿਹੜੇ ਵੀਰ ਜਾਂ ਬੱਚਾ ਜੋ ਵੀ ਗਏ ਨੇ, ਦੋ ਦੇ ਸੱਟਾਂ ਲੱਗੀਆਂ ਨੇ, ਜੇ ਇਹ ਗਲਤੀ ਕਿਤੇ ਬਿਜਲੀ ਬੋਰਡ ਵੱਲੋਂ ਹੋਈ ਹੈ ਤਾਂ ਉਹਨਾਂ ਨੂੰ ਵੀ ਕੋਈ ਨਾ ਕੋਈ ਇਹ ਮੁਆਵਜ਼ਾ ਦੇਣਾ ਚਾਹੀਦਾ। ਅਤੇ ਜੋ ਸਾਡੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰੋਫੈਸਰ ਬਰੂਮਰ ਸਾਹਿਬ ਨੇ ਜੋ ਪਰਿਵਾਰ ਲਈ ਇਹ ਚਾਹੇ ਕੁਛ ਵੀ ਨਹੀਂ ਹੈ, ਕਿਉਂਕਿ ਜੋ ਘਾਟਾ ਪਰਿਵਾਰ ਲਈ ਇਸ ਬੱਚੇ ਦਾ ਉਹ ਕਦੇ ਵੀ ਕੋਈ ਪੂਰਾ ਨਹੀਂ ਕਰ ਸਕਦਾ। ਜੋ ਉਹਨਾਂ ਨੇ ਇੱਕ ਨੌਕਰੀ ਦੇ ਕੇ ਪਰਿਵਾਰ ਨੂੰ ਥੋੜ੍ਹੀ ਬਹੁਤੀ ਧਾਰ ਝਾਰ ਦਿੱਤੀ ਹੈ ਤਾਂ ਉਹਨਾਂ ਦਾ ਵੀ ਮੈਂ ਧੰਨਵਾਦ ਕਰਦੀ ਹਾਂ। ਸੋ ਆਪਾਂ ਸਾਰੀ ਇਹ ਜੁਗਤੀ ਕਰੀ ਚਾਹੇ ਹਾਂ, ਮੇਰੇ ਵੱਲੋਂ ਵੀ ਟੋੜਾ ਪਰਿਵਾਰ ਵੱਲੋਂ ਇਹ ਜੁਗਤੀ ਕਰੀ ਦੇ ਵਿੱਚ ਸਾਰੀ ਸੰਗਤ ਆਇਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਜਿਸਦੇ ਆਪਾਂ ਸਾਰਿਆਂ ਰਲ ਕੇ ਅਰਦਾਸ ਕੀਤੀ ਹੈ। ਮੈਂ ਆਪਣੇ ਵੱਲੋਂ ਵੀ ਅਰਦਾਸ ਕਰੀ ਸੱਚੇ ਪਾਤਸ਼ਾਹ ਇਸ ਬੱਚੇ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ, ਕਿਉਂਕਿ ਸੇਵਾ ਕਰਦੇ ਉਹਨਾਂ ਦੇ ਚਰਨਾਂ 'ਚ ਆਪੇ ਚਲੇ ਗਏ ਨੇ, ਅਤੇ ਪਰਿਵਾਰ ਨੂੰ ਪਿੱਛੇ ਮਾਤਾ ਪਿਤਾ ਨੂੰ, ਭੈਣ ਭਰਾਵਾਂ ਨੂੰ, ਰਿਸ਼ਤੇਦਾਰਾਂ ਨੂੰ ਜੋ ਮੇਰੀ ਦੁੱਖ ਦੀ ਘੜੀ ਆ ਦੁੱਖ ਦੀ ਘੜੀ ਦੇ ਸੱਚੇ ਪਾਤਸ਼ਾਹ ਨਾਲ ਮੇਰਾ ਭਰਿਆ ਹੱਥ ਰੱਖੇ। ਘਾਟਾ ਨਹੀਂ ਪੂਰਾ ਹੋ ਸਕਦਾ, ਪਰ ਮੈਂ ਇਹ ਕਰਦਾ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਪਰਿਵਾਰ ਨੂੰ ਕਿਤੇ ਨਾ ਕਿਤੇ ਇਹ ਕਮੀ ਪੂਰੀ ਕਰਕੇ ਕੋਈ ਖੁਸ਼ੀਆਂ ਦਾ ਸਮਾਂ ਦੇ। ਇੰਨੀਆਂ ਗੱਲਾਂ ਕਹਿੰਦੀ ਹੋਈ ਮੈਂ ਫਿਰ ਸਾਰਿਆਂ ਦਾ ਧੰਨਵਾਦ ਕਰਦੀ ਹੋਈ ਫੁੱਲਾਂ ਚੁੱਕਾਂ ਦੀ ਮਾਂ ਦੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਬੀ ਕੁਲਦੀਪ ਕੌਰ ਜੀ ਟੋੜਾ, ਮੈਂਬਰ ਸ਼੍ਰੋਮਣੀ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ, ਜਿੱਥੇ ਜਸਮੇਰ ਸਿੰਘ ਰਾਜੂ ਸਾਹਿਬ ਨੂੰ ਬੇਨਤੀ ਹੈ ਕਿਰਪਾ ਕਰਕੇ ਉਹ ਵੀ 2 ਮਿੰਟ ਵਾਸਤੇ ਮੰਚ 'ਤੇ ਆਉਣ, ਸਰਦਾਰ ਰਣਜੀਤ ਸਿੰਘ ਸ਼ਰਧਾ ਦੇ ਫੁੱਲ ਭੇਟ ਕਰਨ, ਜਿੱਥੇ ਦਾ ਜਸਮੇਰ ਸਿੰਘ ਰਾਜੂ ਸਾਹਿਬ। ਧੰਨ ਧੰਨ ਜੀ ਮਾਨਸਾ ਜੀ ਬੇਹਤਰ ਵਿੱਚ
ਜਿਹੜੀ ਗੁਰੂ ਸਾਹਿਬ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਮਰਨ ਆਏ ਬਦਲਣੇ ਆਏ ਤੇਰਾ ਜੀ ਦੇਖਿਆ ਤੇਰਾ ਹੁਕਮ ਮਾਏ ਕੱਲੇ ਵਾਲੇ ਨਾਨਕਾ ਉੱਥੇ ਉੱਠਿਆ ਜੇ ਮਹਾਂਵਾਰ ਚੁਕਾ ਸਾਡੇ ਬਹੁਤ ਸਤਿਕਾਰ ਛੋਟੇ ਜੀ ਦਾ ਅੰਤੇ ਜੀ ਵੀ ਜਿਹੜੇ ਕਿ ਪਿਛਲੇ ਦਿਨੇ ਇੱਕ ਵਾਸਤੇ ਜਿਹੜਾ ਕਿ ਗੁਰੂ ਮਹਾਰਾਜ ਦੀ ਸੇਵਾ ਕਰਦਿਆਂ ਹੋਣ ਵਾਪਰਿਆ ਆਪਣਾ ਸਾਰਿਆਂ ਨੂੰ ਸਰੀਰ ਪੂਰਾ ਲੱਗੇ ਆਪਾਂ ਸਾਰੇ ਅਗਰਾਂ ਦੀ ਆਪਣੀ ਸਰਦਾਰ ਦੀ ਥਾਵਾਂ ਰੋਣ ਲਈ ਇਕੱਤਰ ਹੋਏ ਹਾਂ। ਭਾਵੇਂ ਕਹਿਣਾ ਬੜਾ ਆਸਾਨ ਹੈ ਕਿ ਗੁਰੂ ਦੇ ਪਾਣੇ ਬਣਨਾ ਚਾਹੀਦਾ, ਪਰੰਤੂ ਹੋਰ ਕੋਈ ਚਾਰਾ ਵੀ ਨਹੀਂ, ਨਾ ਚਾਹੁੰਦਿਆਂ ਹੋਇਆਂ ਵੀ ਪਾਣਾ ਮੰਨਣਾ ਪੈਂਦਾ ਹੈ। ਆਪਾਂ ਸਾਰੇ ਗੁਰੂ ਮਹਾਰਾਜ ਦੀ ਗੁਰੂ ਨੂੰ ਮੰਨਣ ਵਾਲੇ ਬੈਠੇ ਹਾਂ। ਗੁਰੂ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਸੁਖਮਨੀ ਸਾਹਿਬ 'ਚ ਮਿਲਦੇ ਹਾਂ, ਜੇ ਸ਼ੱਕ ਅਤੇ ਨਾ ਹੀ ਜਾ ਰਹਾ ਤਾਂ ਗੋਪੀ ਦੇ ਸਦਨ ਕਰਾ, ਹੋਰ ਕੋਈ ਚਾਰਾ ਵੀ ਨਹੀਂ। ਮੈਨੂੰ ਇਸ ਸਰੀਰ ਨੂੰ ਪਹਿਲਾਂ ਵੀ ਜਦੋਂ ਕਿਤੇ ਇੱਥੇ ਆਏ ਭਾਵੇਂ ਲੱਛਣਾ 'ਚ ਆਏ ਜਾਂ ਗੁਰੂ ਘਰ ਦੀ ਸੇਵਾ ਬਾਰੇ ਕੋਈ ਮੁਸਲੇ 'ਚ ਆਏ ਤਾਂ ਮੈਂ ਦੇਖਿਆ ਕਿ ਹਮੇਸ਼ਾ ਸਾਰੇ ਵੀਰਾਂ ਤੋਂ ਅੱਗੇ ਹੋ ਕੇ ਗੁਰੂ ਘਰ ਦੀ ਸੇਵਾ ਕਰਦਾ ਸੀ, ਪਰੰਤੂ ਕਿਸੇ ਨੂੰ ਇਹ ਚਿੱਤ ਦਿੱਤਾ ਵੀ ਨਹੀਂ ਕਿ ਇੰਨੀ ਛੇਤੀ ਇੰਨੀ ਛੋਟੀ ਉਮਰ 'ਚ ਆਪਾਂ ਸਾਰਿਆਂ ਨੂੰ ਇਸ ਜੀਵਾ ਜੀਵਿਤ ਸੇਵਾ ਦੇ ਕੇ ਚਲਿਆ ਜਾਏਗਾ। ਆਪਾਂ ਸਾਰੇ ਪਰਮਾਤਮਾ ਅੱਗੇ ਅਰਦਾਸ ਕਰ ਸਕਦੇ ਹਾਂ ਅਤੇ ਉਹ ਸੰਕੌੜ ਸਾਡੀ ਬੜੀ ਤਰ੍ਹਾਂ ਜਵਾਬ ਇਹ ਪਾਣਾ ਨੂੰ ਮੰਨਦਾ ਬਦਲਾ ਦੇ ਸਕਦੀ ਹੈ। ਮੈਂ ਵੀ ਆਪਣੇ ਵੱਲੋਂ ਅਤੇ ਆਪਣੇ ਪਰਿਵਾਰ ਵੱਲੋਂ ਵਾਹਿਗੁਰੂ ਕੀ ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਇਹ ਸਰੀਰ ਨੂੰ ਆਪਣੇ ਚਰਨਾਂ 'ਚ ਨਵਾਜ਼ ਦੱਸੇ, ਕਿਸੇ ਪਰਿਵਾਰ ਨੂੰ ਇਹੋ ਜਿਹੀ ਕਿਸੇ ਘੜੀ ਨਾ ਦੇਖਣ ਦਾ ਮੌਕਾ ਮਿਲੇ ਅਤੇ ਪਰਮਾਤਮਾ ਗੁਰੂ ਦਾ ਪਾਣਾ ਮੰਨ ਕੇ ਪਰਿਵਾਰ ਨੂੰ ਇਹ ਸ਼ਕਤੀ ਦੇਵੇ ਜਿਹੜਾ ਐਡਾ ਵੱਡਾ ਦੁੱਖਾਂ ਦਾ ਪਹਾੜ ਪਰਿਵਾਰ 'ਤੇ ਵਿਖਿਆ ਉਹਨੂੰ ਚੱਲਣ ਦਾ ਬਲ ਵਰਤੇ। ਮੈਂ ਪ੍ਰਧਾਨ ਜੀ ਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਇਸ ਦੁੱਖ ਦੀ ਘੜੀ ਪਰਿਵਾਰ ਨਾਲ ਸਾਂਝਾ ਕੀਤਾ ਹੈ ਅਤੇ ਜੋ ਥੋੜ੍ਹੀ ਵਾਲੀ ਮਾਂ ਦੀ ਸਹਾਇਤਾ ਕੀਤੀ ਹੈ। ਮੈਂ ਵੀ ਪਰਿਵਾਰ ਨੂੰ ਆਪਣੇ ਵੱਲੋਂ ਸਾਵਧਾਨ ਹਾਂ ਕਿ ਜਿੱਥੇ ਕਿਤੇ ਵੀ ਸਾਡੀ ਲੋੜ ਤੁਸੀਂ ਸਮਝੋ ਸਾਨੂੰ ਅੱਧੀ ਰਾਤ ਨੂੰ ਲਗਾਓ, ਅਸੀਂ ਤੁਹਾਡੇ ਲਈ ਹਾਜ਼ਰ ਖੜ੍ਹੇ ਹਾਂ। ਜਿਸ ਦਿਨ ਵੀਰ ਦਾ ਸੰਸਕਾਰ ਸੀ ਮੈਂ ਉਸ ਦਿਨ ਬਾਹਰ ਗਿਆ ਕਿਤੇ ਦਿੱਲੀ ਗਏ ਸੀਗੇ, ਇਸ ਗੱਲ ਦੀ ਵੀ ਮਾਫ਼ੀ ਚਾਹੁੰਦੇ ਹਾਂ ਕਿ ਉਸ ਦਿਨ ਇੱਥੇ ਪਹੁੰਚ ਨਹੀਂ ਸਕੇ ਅਤੇ ਫਿਰ ਦੁਆਰਾ ਪਰਿਵਾਰ ਦਾ ਦੁੱਖ ਸਾਂਝਾ ਕਰਦਾ ਹਾਂ, ਆਪਣੀ ਬੇਨਤੀ ਸਮਾਪਤ ਕਰਦਾ। ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਧੰਨਵਾਦ। ਇਸ ਦਾ ਸ੍ਰੀ ਲਾਟੂ ਸਾਹਿਬ ਮੈਂਬਰ ਸ਼੍ਰੋਮਣੀ ਕਮੇਟੀ ਹਲਕਾ ਸਨੌਰ ਅਤੇ ਸ੍ਰੀ ਰਣਜੀਤ ਗੋਇਲ ਜੀ ਸੈਕਟਰੀ ਪੰਜਾਬ ਕਾਂਗਰਸ, ਸ੍ਰੀ ਹਰਜਿੰਦਰ ਸਿੰਘ ਜੀ ਪੀ ਏ ਜੋ ਕਿ ਸ੍ਰੀ ਹਰਿੰਦਰਪਾਲ ਸਿੰਘ ਮਹਿਰੀਮਾਨ ਦੇ ਪੀ ਏ ਹਨ ਅਤੇ ਉਹਨਾਂ ਵੱਲੋਂ ਉਹਨਾਂ ਨੇ ਆਪ ਇੱਥੇ ਆਉਣਾ ਸੀ ਪਰ ਉਹਨਾਂ ਨੂੰ ਕੋਈ ਬਹੁਤ ਹੀ ਜ਼ਰੂਰੀ ਕੰਮ ਪੈ ਗਿਆ ਇਸ ਕਰਕੇ ਉਹ ਆ ਨਹੀਂ ਸਕੇ। ਉਹਨਾਂ ਵੱਲੋਂ ਸਰਦਾਰ ਜਗਿੰਦਰ ਸਿੰਘ ਜੀ ਕਾਕੜਾ ਜੋ ਕਿ ਉਹਨਾਂ ਨੇ ਡਿਊਟੀ 'ਤੇ ਲਗਾਏ ਗਏ ਹਨ ਉਹ ਉਹਨਾਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਨਗੇ। ਸੋ ਬੇਨਤੀ ਹੈ ਸਰਦਾਰ ਜਗਿੰਦਰ ਸਿੰਘ ਜੀ ਕਾਕੜਾ ਜੀ ਨੂੰ ਕਿਰਪਾ ਕਰਕੇ ਉਹ ਮੰਚ 'ਤੇ ਆਉਣ ਅਤੇ ਸਰਦਾਰ ਰਣਜੀਤ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੋ ਗੋਟਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਲ ਵਿੱਚ ਬਹੁਤ ਹੀ ਦੁੱਖ ਦੀ ਘੜੀ ਅਸੀਂ ਬੈਠੀ ਸਾਧ ਸੰਗਤ ਜੀ ਉਹਦੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਰੀਕਾ ਦਰਿਆ ਦੇ ਕੰਨੇ ਬੰਗਲਾ ਬੈਠਾ ਖੇਲ ਕਰੇ ਖੇਲ ਕਰਨ ਦੇ ਹੰਝ ਮੰਜ ਚਿੰਤੇ ਬਾਜ ਪਏ ਬਾਜ ਪਏ ਉੱਥੇ ਸਰੱਬ ਕੇ ਖੇਲਾਂ ਵਿਸਰੀਆਂ ਜੋ ਮਨ ਮੰਨਣਾ ਜਿੱਥੇ ਸੀ ਉਹ ਗੱਲ ਹੀ ਆਉਂਦੀ। ਆਪਾਂ ਸਾਰਿਆਂ ਨੂੰ ਕਿਸੇ ਨੂੰ ਨਹੀਂ ਸੀ ਪਤਾ ਕਿ ਐਡੀ ਛੋਟੀ ਉਮਰ ਵਿੱਚ ਜਿਸ ਫੁੱਲ ਨੇ ਖਿੜਨਾ ਸੀ ਅੱਜ ਖਿੜਨ ਤੋਂ ਪਹਿਲਾਂ ਹੀ ਮਰਜਾ ਗਿਆ। ਜਿਸ ਅੰਬਰ ਦੇ ਤਾਰੇ ਨੇ ਸਮਾਜ ਖੁਸ਼ੀਆਂ ਵੰਡਣੀਆਂ ਸੀ ਉਹ ਪਹਿਲਾਂ ਹੀ ਟੁੱਟ ਗਿਆ ਔਰ ਪਰਿਵਾਰ ਦਾ ਤਾਂ ਅੱਖਾਂ ਦਾ ਤਾਰਾ ਸੀ। ਮੈਂ ਜਿਸ ਤਰ੍ਹਾਂ ਸੁਣਿਆ ਉਹਦੇ ਬਾਰੇ ਲੋਕਾਂ ਤੋਂ ਬਾਹਰ ਪਤਾ ਲੱਗਿਆ ਇੱਥੋਂ ਸਾਡੇ ਕਥਾ ਕਰਦਿਆਂ ਭਾਈ ਜੀ ਨੇ ਦੱਸਿਆ ਕਿ ਜਦੋਂ ਵੀ ਸਾਡੇ ਇੱਥੇ ਦੀਵਾਨ ਹੁੰਦੇ ਜਾਂ ਇਲਾਕੇ 'ਚ ਅਸੀਂ ਆਉਂਦੇ ਬਹੁਤ ਹੀ ਸੇਵਾਦਾਰ ਬੱਚਾ
ਸਾਰੇ ਆਪਾਂ ਕਹਿ ਦਿੰਦੇ ਹਾਂ ਕਿ ਭਾਣਾ ਮੰਨਣਾ, ਪਰ ਭਾਣਾ ਪਰਿਵਾਰ ਵਾਸਤੇ, ਇਲਾਕਾ ਵਾਸੀਆਂ ਵਾਸਤੇ ਮੰਨਣਾ ਬਹੁਤ ਔਖਾ। ਚਾਰਾ ਕੋਈ ਨਹੀਂ, ਕੁਛ ਨਹੀਂ ਕਰ ਸਕਦੇ ਆਪਾਂ। ਇਸ ਦੁੱਖ ਦੀ ਘੜੀ ਵਿੱਚ ਹਰਿੰਦਰਪਾਲ ਸਿੰਘ ਹੈਰੀ ਬਾਨ ਜੀ ਪਹਿਲਾਂ 2 ਦਿਨ ਪਹਿਲਾਂ ਪਰਿਵਾਰ ਨਾਲ ਆ ਕੇ ਦੁੱਖ ਸਾਂਝਾ ਕਰਕੇ ਗਏ। ਅੱਜ ਵੀ ਉਹ ਚੰਡੀਗੜ੍ਹ ਸੀ, ਪਿਛਲੇ 15-20 ਦਿਨ ਤੋਂ ਢਿੱਲੇ ਨੇ, ਬੈਗ ਦੀ ਪ੍ਰੋਬਲਮ ਹੈ, ਪਰ ਉਹਨਾਂ ਨੇ ਮੈਨੂੰ ਸਪੈਸ਼ਲ ਹਦਾਇਤ ਕੀਤੀ ਕਿ ਤੂੰ ਜਾ ਕੇ ਆ ਪਰਿਵਾਰ ਨਾਲ ਦੁੱਖ ਸਾਂਝਾ ਕਰਕੇ ਆਓ। ਮੇਰੇ ਵੱਲੋਂ ਜੋ ਵੀ ਪਰਿਵਾਰ ਨਾਲ ਉਹਨਾਂ ਨੇ ਪਹਿਲਾਂ ਵੀ ਕਿਹਾ ਕਹਿ ਕੇ ਗਏ ਨੇ, ਇੱਕ ਮਲਮ ਹੀ ਹੈ ਲਗਾ ਸਕਦੇ ਹਾਂ, ਅਸੀਂ ਪਰਿਵਾਰ ਦਾ ਘਾਟਾ ਨਹੀਂ ਪੂਰਾ ਕਰ ਸਕਦੇ, ਕੁਛ ਦੇ ਨਹੀਂ ਸਕਦੇ। ਪਰ ਉਹਨਾਂ ਨੇ ਕਿਹਾ ਕਿ DC ਸਾਹਿਬ ਨਾਲ ਗੱਲ ਹੋ ਰਹੀ ਹੈ, ਜੋ ਵੀ ਪਰਿਵਾਰ ਦੀ ਮਦਦ, ਅਸੀਂ ਮਦਦ ਹੀ ਕਹਿ ਸਕਦੇ ਹਾਂ, ਸਹਾਇਤਾ ਕਹਿ ਸਕਦੇ ਹਾਂ। ਇੱਕ ਤਾਂ ਇਹ ਨਾ ਪੂਰਾ ਹੋਣ ਵਾਲਾ ਘਾਟਾ ਕਿ ਜਿਵੇਂ ਬੱਚਾ ਹੋਣਹਾਰ ਸੀ, ਸੇਵਾ ਕਰਦਿਆਂ ਸ਼ਹੀਦ ਹੋਇਆ, ਵਾਕਈ ਜੋ ਚੰਦੂ ਮਾਜਰਾ ਸਾਹਿਬ ਨੇ ਕਿਹਾ ਕਿ ਉਹਦੀ ਸ਼ਹਾਦਤ ਹੈ ਔਰ ਉਸਨੂੰ ਸਲਾਮ ਕਰਦੇ ਹਾਂ। ਅਸੀਂ DC ਸਾਹਿਬ ਤੋਂ ਕੇਸ ਤਿਆਰ ਕਰਕੇ CM ਸਾਹਿਬ ਨੂੰ ਭੇਜਿਆ ਗਿਆ, ਜੋ ਵੀ ਮਦਦ ਹੋਊਗੀ ਪਰਿਵਾਰ ਦੀ, ਮਾਨ ਸਾਹਿਬ ਪੂਰੀ ਕੋਸ਼ਿਸ਼ ਨਾਲ ਫਿਰ ਦੁਬਾਰਾ ਵੀ ਆਉਣਗੇ ਪਰਿਵਾਰ ਕੋਲ ਕਰਾਂਗੇ। ਔਰ ਜੋ ਬਿਜਲੀ ਬੋਰਡ ਦੀ ਚੰਦੂ ਮਾਜਰਾ ਨੇ ਕਿਹਾ ਅਣਗਹਿਲੀ ਹੈ, ਕੁਛ ਵੀ ਹਾਲਾਤ ਨੇ, ਸਾਰਾ ਮਹਿਕਮਾ ਇੱਥੇ ਬੈਠਾ। ਬੀਬੀ ਚੌੜਾ ਜੀ ਨੇ ਕਿਹਾ ਕਿ ਜੋ ਇਹ ਵੀ ਕਰ ਸਕਦੇ ਨੇ ਇਹਨਾਂ ਨੂੰ ਵੀ ਕਰਨਾ ਚਾਹੀਦਾ। ਔਰ ਜਿਹੜਾ ਉੱਥੇ ਕੋਈ ਟਰਾਂਸਫਾਰਮਰ, ਮੈਂ ਮੌਕਾ ਤਾਂ ਨਹੀਂ ਦੇਖਿਆ, ਉਸ ਨੂੰ ਵੀ 2 ਤਾਪਿਆਂ ਦੇ ਵਿੱਚ ਉੱਤੋਂ ਜਲਦ ਹਟਾਇਆ ਜਾਏਗਾ। ਮਾਨ ਸਾਹਿਬ ਨੇ ਕਿਹਾ ਅਤੇ ਮਹਿਕਮੇ ਨਾਲ ਸਾਰਿਆਂ ਨਾਲ ਗੱਲ ਹੋ ਰਹੀ ਹੈ, 2-3 ਦਿਨ ਦੇ ਵਿੱਚ ਹੀ ਇਸ ਚਾਰ ਤੱਕ ਉਹ ਟਰਾਂਸਫਾਰਮਰ ਉੱਤੋਂ ਹਟਾਇਆ ਜਾਊਗਾ। ਔਰ ਫਿਰ ਦੁਬਾਰਾ ਮੈਂ ਆਪਣੇ ਵੱਲੋਂ, ਆਪਣੀ ਕਮਿਊਨਿਸਟ ਪਾਰਟੀ ਵੱਲੋਂ, ਵੱਡੇ ਵੀਰ ਹਰਿੰਦਰਪਾਲ ਹੈਰੀਮਾਨ ਵੱਲੋਂ ਸਮੁੱਚੇ ਇਲਾਕੇ ਨਾਲ ਦੁੱਖ ਸਾਂਝਾ ਕਰਦਾ ਹੋਇਆ, ਪਰਿਵਾਰ ਨਾਲ, ਉਹਦੀਆਂ ਭੈਣਾਂ ਨਾਲ, ਭਰਾਵਾਂ ਨਾਲ, ਮਾਂ ਨਾਲ, ਖਾਸ ਕਰਕੇ ਇਸ ਮਾਂ ਬਾਪ ਨੇ ਅੱਜ ਸੁਪਨੇ ਦੇਖੇ ਸੀ, ਉਹਨੂੰ ਅਜੇ ਵਿਆਹਾਂਗੇ, ਕਈ ਮਨਾਂ ਦੇ ਵਿੱਚ ਰੀਝਾਂ ਹੁੰਦੀਆਂ ਨੇ, ਲਿਖਿਆ ਫੋਟੋ 'ਤੇ ਨਹੀਂ ਭੁੱਲਣਾ ਵਿਛੋੜਾ, ਵਾਕਈ ਨਾ ਭੁੱਲਣਾ ਦਾ ਵਿਛੋੜਾ। ਬਹੁਤ ਸੋਹਣਾ ਬੱਚਾ ਭਰ ਜਵਾਨੀ 'ਚ ਗਿਆ, ਬਹੁਤ ਵੱਡਾ ਦੁੱਖ ਹੈ। ਔਰ ਮੈਂ ਆਪਣੇ ਵੱਲੋਂ, ਆਪਣੀ ਪਾਰਟੀ ਵੱਲੋਂ ਸਾਰੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਹੋਇਆ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨਾ ਕਿ ਸੱਚਾ ਪਾਤਸ਼ਾਹ ਜਿਹੜਾ ਇਹਦਾ ਪਹਾੜ ਟੁੱਟਿਆ, ਪਰਿਵਾਰ 'ਤੇ ਸ਼ਬਦ ਨਹੀਂ ਹੋ ਮੇਰੇ ਕੋਲ, ਲੇਕਿਨ ਸਾਂਝ ਕਰਦੇ ਹੋਏ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਕਿ ਉਹਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੋ। ਔਰ ਇਸ ਜਿਹੜੇ ਅੱਡਾ ਦੁੱਖ ਤੁਸੀਂ ਦਿੱਤਾ, ਤੁਸੀਂ ਆਪ ਹੀ ਦੁੱਖ 'ਚ ਵੱਢਣਾ ਪਰਿਵਾਰ ਨੂੰ, ਅੱਡੇ ਦੁੱਖ 'ਚ ਜ਼ਰੂਰ ਕੱਢਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਗੁਰਿੰਦਰ ਸਿੰਘ ਕਾਂਗੜਾ ਸਾਹਿਬ ਅਤੇ ਜਿਨ੍ਹਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਹੈ ਕਿ ਕੁਝ ਹੀ ਦਿਨਾਂ ਵਿੱਚ ਟਰਾਂਸਫਾਰਮ ਅਤੇ ਜੋ ਗੁਰਦੁਆਰਾ ਸਾਹਿਬ ਜਗ੍ਹਾ ਉੱਪਰ ਤਾਰਾ ਲੰਘ ਰਹੀ, ਉਹਨਾਂ ਨੂੰ ਹਟਾਇਆ ਜਾਵੇਗਾ। ਅਤੇ ਹੁਣ ਪੰਜਾਬ ਪਾਵਰਕਾਮ ਬਿਜਲੀ ਬੋਰਡ ਮਹਿਕਮੇ ਤੋਂ ਐਕਸ਼ਨ ਸਾਹਿਬ ਇੱਥੇ ਪਹੁੰਚੇ ਹਨ, ਸਰਦਾਰ ਗੁਰਕ੍ਰਾਂਤ ਸਿੰਘ ਵਿੱਚ ਹੈ। ਕਿਰਪਾ ਕਰਕੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਭਗੀਰ ਸਿੰਘ ਨੂੰ 2 ਮਿੰਟ ਬਾਅਦ ਸ਼ਬਦਾਂ ਦੇ ਹੋਰ ਭੇਟ ਕਰਨ। ਸਰਦਾਰ ਗੁਰਕ੍ਰਾਂਤ ਸਿੰਘ ਵਿੱਚ ਹੈ ਐਕਸ਼ਨ ਸਾਹਿਬ। ਗੁਰੂ ਰੂਪੀ ਸਾਹਿਬ ਸਾਹਿਬ ਜੀ, ਅੱਜ ਆਪਾਂ ਕਾਕਾ ਰਣਧੀਰ ਸਿੰਘ ਜੀ ਦੀ ਸੋਗ ਸਮਾਗਮ ਵਿੱਚ ਇਕੱਠੇ ਹੋਏ ਹਾਂ। ਬੜੀ ਹੀ ਮੰਦਭਾਗੀ ਘਟਨਾ ਵਾਪਰੀ ਹੈ, ਕਿਉਂਕਿ ਇਹ ਪੁੱਗਲ ਦਾ ਬੱਚਾ ਸੀ, ਨੌਜਵਾਨ ਸੀ, ਅੱਗੇ ਪਤਾ ਨਹੀਂ ਇਹਨੇ ਕੀ ਤਰੱਕੀਆਂ ਕਰਨੀਆਂ ਸੀ, ਇਹ ਅਣਸਕਾਨੂੰ ਘਟਨਾ ਵਾਪਰ ਗਈ। ਮੈਂ ਮਹਿਕਮਾ ਬਿਜਲੀ ਬੋਰਡ ਵੱਲੋਂ ਪੂਰਾ ਵਿਸ਼ਵਾਸ ਦਿਵਾਉਣਾ ਇਹਨਾਂ ਨੂੰ ਹਰ ਪੱਖੋਂ ਆਰਥਿਕ ਮਦਦ ਅਤੇ ਜੋ ਵੀ ਕੇਸ ਇਹ ਟਰਾਂਸਫਾਰਮਰ ਸ਼ਿਫਟ ਕਰਨ ਦਾ ਪੂਰੀ ਉੱਪਰ ਬਣਾ ਕੇ ਭੇਜ ਰਿਹਾ, ਮਨਜ਼ੂਰੀ ਆਉਣ ਪਰ ਇਹਨੂੰ 2 ਦਿਨਾਂ ਦੇ ਵਿੱਚ ਸ਼ਿਫਟ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ। ਧੰਨਵਾਦ ਸਮੋਤਾਂ ਜਥੇਬੰਦੀਆਂ ਦੇ, ਰਾਜਨੀਤਿਕ ਪਾਰਟੀਆਂ ਦੇ ਜੋ ਉੱਥੇ ਲੀਡਰ ਸਾਹਿਬਾਨ, ਆਗੂ ਸਾਹਿਬਾਨ ਇੱਥੇ ਪਹੁੰਚੇ ਹਨ। ਸਮੂਹ ਆਗੂ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਮੈਂ ਬੇਨਤੀ ਕਰਾਂਗਾ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਮਾਨ ਸਿੰਘ ਬਾਬਾ ਹਰਿ ਸਿੰਘ ਜੀ ਖਾਲਸਾ, ਕਿਰਪਾ ਕਰਕੇ ਉਹ ਵੀ ਸਰਦਾਰ ਰਣਜੀਤ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ। ਅਤੇ ਕਾਕਾ ਰਣਧੀਰ ਸਿੰਘ ਜੀ ਅਰਦਾਸ ਬੈਠੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ,
ਤੋਂ ਵਾਹਿਗੁਰੂ ਜੀ ਫਸੇ। ਰੱਜ ਨਾ ਕੋਈ ਜੀਵਿਆ ਪਹੁੰਚ ਨਾ ਚੱਲਿਆ ਕੋਈ ਗਿਆਨੀ ਜੀਵੇ ਸਦਾ ਸਦਾ ਸੁਰਤੀ ਹੀ ਅੱਤ ਹੋਏ ਸਰਫੈ ਸਰਫੈ ਸਦਾ ਐਵੇਂ ਕੀ ਲਿਖਾਏ ਨਾਨਕ ਕਿਤਨੋਂ ਆਖੀਏ ਵਿਣ ਪੁੱਛਿਆ ਹੀ ਲੈ। ਉਹ ਅਕਾਲ ਪੁਰਖ ਦਾ ਜਦੋਂ ਸੱਦਾ ਆਉਂਦਾ ਹੈ ਇਹ ਨਹੀਂ ਹੱਥ ਪੁੱਛਦਾ ਕਿ ਮੈਂ ਇਹਨੂੰ ਲੈ ਕੇ ਜਾਵਾਂਗੀ। ਕਾਕਾ ਰਣਜੀਤ ਸਿੰਘ ਜੀ ਜੇ ਬਹੁਤ ਹੀ ਹੋਣਹਾਰ ਅਤੇ ਬਹੁਤ ਹੀ ਅੱਛੀ ਸੇਵਾ ਕਰਦੇ ਸਨ, ਸਭ ਤੋਂ ਅੱਗੇ ਵੱਧ ਕੇ ਸੇਵਾ ਕਰਦੇ ਸਨ। ਉਹ ਨਿਸ਼ਾਨ ਸਾਹਿਬ ਦੀ ਸੇਵਾ ਕਰਦੇ ਕਰਦੇ ਨਿਸ਼ਾਨ ਸਾਹਿਬ ਦੇ ਵਿੱਚ ਹੀ ਲੋਕ ਹੋ ਗਏ ਨੇ ਆਪਣੇ ਸਤਨਾਮ ਮਹਾਰਾਜ ਨੇ ਆਪਣੇ ਚਰਨਾਂ ਜੀ ਸਰੀਰ ਲਿਆ ਪਰਮਾਤਮਾ ਦਾ। ਜਿਸ ਤਰ੍ਹਾਂ ਵੀ ਕਿਸੇ ਨੇ ਜਾਣਾ ਹੈ ਉਸ ਤਰ੍ਹਾਂ ਉਹਦਾ ਲਿਖਿਆ ਹੋਇਆ ਸਗੋਂ ਇਨਸਾਨ ਸਾਹਿਬ ਦੀ ਸੇਵਾ ਕਰਦੇ ਹੋਏ ਇਨਸਾਨ ਚੜ੍ਹਾ ਸਾਹ ਚੜ੍ਹਾਉਂਦੇ ਹੋਏ ਉਹ ਅਕਾਲ ਚਲਾਣਾ ਕਰ ਕੇ ਇਹਨਾਂ ਦੇ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਕ ਲੈਸਨ ਪਾਈਏ ਸੇਵਾ ਕਰਕੇ ਉਹ ਦਰਗਾਹ ਦੇ ਉੱਤੇ ਬਣਾ ਜਗ੍ਹਾ ਬਣਾ ਰਹੇ ਹਾਂ ਜੀ। ਇਨਸਾਨ ਦੇ ਤਿੰਨ ਮਿੱਤਰ ਹੁੰਦੇ ਹਨ, ਇੱਕ ਧਨ, ਇੱਕ ਰਿਸ਼ਤੇਦਾਰ, ਇੱਕ ਕਰਮ। ਧਨ ਇਨਸਾਨ ਦਾ ਉਸ ਵੇਲੇ ਤੇ ਕਰਮ ਆਉਂਦਾ ਹੈ ਜਦੋਂ ਇਨਸਾਨ ਬੋਲਦਾ, ਜਦੋਂ ਬੋਲਦਾ ਖਤਮ ਹੋ ਗਿਆ ਤਾਂ ਧਨ ਕੰਮ ਨਹੀਂ ਆਉਂਦਾ। ਸਾਗ ਸੰਬੰਧੀ ਉਸ ਵੇਲੇ ਤੱਕ ਹੀ ਕੰਮ ਆਉਂਦੇ ਨੇ ਜਦੋਂ ਉਹਦਾ ਸੰਸਕਾਰ ਕਰ ਦਿੱਤਾ, ਉਹਦੀ ਹੁਣ ਅੰਤ ਅਰਦਾਸ ਦੇ ਵਿੱਚ ਅਖੰਡ ਪਾਠ ਕਰਾ ਕੇ ਭੋਗ ਪਾ ਕੇ ਹਾਂ ਲੰਗਰ ਚਲਾ ਰਹੇ ਹਾਂ, ਇੱਥੇ ਜੀਵਨ ਸਜਾ ਰਹੇ ਹਾਂ। ਇੱਥੋਂ ਬਾਅਦ ਬਗੈਰ ਆਪਾਂ ਹੋਰ ਕੁਛ ਨਹੀਂ ਕਰ ਸਕਦੇ। ਤੀਜੇ ਸਾਥੀ ਹੁੰਦੇ ਹਨ ਕਰਮ, ਚੰਗਿਆਈਆਂ ਬੁਰਿਆਈਆਂ ਵਾਚੇ ਕਰਮ ਕਰੂ, ਇਹੋ ਜਿਹੇ ਕਰਮ ਜਦ ਇਨਸਾਨ ਕਰਦਾ ਹੈ, ਅੱਛੇ ਕਰਮ ਕਰਦਾ ਹੈ, ਉਹ ਇਨਸਾਨ ਵੈਸੇ ਸਵਰਗ ਨੂੰ ਚਲਾ ਜਾਂਦਾ ਹੈ। ਇਹ ਕਰਮ ਵੀ ਤਿੰਨ ਪ੍ਰਕਾਰ ਦੇ ਹੁੰਦੇ ਹਨ, ਇੱਕ ਪਰਾਰਭਦ, ਇੱਕ ਕਿਰੇਮਾਨ, ਇੱਕ ਸੰਚਿਤ। ਪਰਾਰਭਦ ਅਸੀਂ ਭੋਗ ਲੈਂਦੇ ਹਾਂ, ਕਿਰੇਮਾਨ ਅਸੀਂ ਜਿਹੜੇ ਉਹ ਕਰਮ ਕਰਦੇ ਹਾਂ ਚੰਗੇ ਮਾੜੇ ਪੁੰਨ ਪਾਪ ਜੋ ਇਹ ਸਾਰੇ ਕਿਰੇਮਾਨ ਹੁੰਦੇ ਹਨ, ਇਹ ਸਾਰਾ ਇਸ ਤੋਂ ਬਾਅਦ ਸੰਚਿਤ ਬਣ ਜਾਂਦਾ ਹੈ। ਸੰਚਿਤ ਫਿਰ ਭੋਗ ਕੇ ਪਰਾਰਭਦ ਬੋਲਦੇ, ਇਹ ਆਉਣ ਜਾਣ ਬਣਿਆ ਹੋਇਆ ਹੈ। ਪਰ ਜਿਨ੍ਹਾਂ ਨੇ ਸਾਰੇ ਮਿਲ ਕੇ ਜਿਨੀ ਨਾਮ 'ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ, ਇਸੀ ਛੁੱਟੀ ਨਾਲ ਭਾਈ ਰਣਜੀਤ ਸਿੰਘ ਜੀ ਸੇਵਾ ਕਰਦੇ ਹੋਏ ਅਕਾਲ ਚਲਾਣ ਕਰਦੇ ਹਨ। ਅਸੀਂ ਆਪਣੇ ਪੂਰੇ ਜਥੇ ਵੱਲੋਂ, ਪੂਰੀਆਂ ਸੰਗਤਾਂ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ ਅਤੇ ਅਸ਼ੀਰਵਾਦ ਵੀ ਦਿੰਦੇ ਹਨ ਕਿ ਮਹਾਰਾਜ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੋ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਵੱਲ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੋ ਕਿ ਗੁਰਦੁਆਰਾ ਸੰਗਤ ਸਾਹਿਬ ਟਰੱਸਟ ਦੇ ਮੁਖੀ ਹਨ ਅਤੇ ਪੂਰੇ ਸਨੋਰ ਨੂੰ ਜੋ ਕਿ ਸੇਧ ਦੇ ਰਹੇ ਹਨ ਗੁਰੂ ਘਰ ਨਾਲ ਜੋੜਨ ਦੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਰਦਾਰ ਰਣਜੀਤ ਸਿੰਘ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ। ਅਤੇ ਅੱਜ ਦੇ ਅਰਦਾਸ ਅੰਤਮ ਅਰਦਾਸ ਸਮਾਗਮ ਵਿੱਚ ਪਹੁੰਚੇ ਸਰਦਾਰ ਇੰਦਰ ਸਿੰਘ ਜੀ ਸ਼ਿੰਦੀ ਪ੍ਰਧਾਨ ਸਨੋਰ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਸ਼੍ਰੀ ਹਰਜਿੰਦਰ ਸਿੰਘ ਹਰੀਕਾ ਬੀਜੇਪੀ ਮੈਂਬਰ ਅਤੇ ਸ਼੍ਰੀ ਸ਼ਮਸ਼ੇਰ ਸਿੰਘ ਜੀ ਸਾਬਕਾ ਪ੍ਰਧਾਨ ਨਗਰ ਕੌਂਸਲ ਸਨੌਰ, ਸਰਦਾਰ ਸੁਰਜੀਤ ਸਿੰਘ ਜੀ ਸਾਬਕਾ ਪ੍ਰਧਾਨ ਨਗਰ ਕੌਂਸਲ ਸਨੌਰ, ਜਥੇਦਾਰ ਕ੍ਰਿਸ਼ਨ ਸਿੰਘ ਜੀ ਆਗੂ ਸ਼੍ਰੋਮਣੀ ਅਕਾਲੀ ਦਲ ਅਤੇ ਡਾਇਰੈਕਟਰ ਹਾਊਸਪੈਡ ਪੰਜਾਬ ਸ਼੍ਰੀ ਇੰਦਰਜੀਤ ਸਿੰਘ ਜੀ ਸੰਧੂ, ਆਗੂ ਆਮ ਆਦਮੀ ਪਾਰਟੀ
ਅਤੇ ਹੋਰ ਸਮੂਹ ਐਮ ਸੀ ਸਾਹਿਬਾਂ ਸਰਦਾਰ ਤਰਵਿੰਦਰ ਸਿੰਘ ਜੀ, ਵੀਰ ਬਿੱਟੂ ਜੀ, ਵੀਰ ਬੱਪੂ ਜੀ ਅਤੇ ਵਿੰਦਰ ਐਮ ਸੀ ਸਾਹਿਬ ਜਿੰਨੇ ਵੀ ਇੱਥੇ ਪਹੁੰਚੇ ਹਨ, ਸਮੂਹ ਸੰਗਤਾਂ ਦਾ, ਸਮੂਹ ਆਗੂ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਅਸੀਂ ਇੱਥੇ ਜਿਹੜੇ ਸਰਕਾਰ ਦੇ ਨੁਮਾਇੰਦੇ ਪਹੁੰਚੇ ਹਨ, ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿਰਪਾ ਕਰਕੇ ਇਹ ਲੋਕ ਗੁਰੂ ਘਰ ਦਾ ਕੰਮ ਬਹੁਤ ਚਿਰ ਤੋਂ ਲਟਕਿਆ ਹੋਇਆ ਹੈ, ਬੇਨਤੀ ਹੈ ਕਿ ਕਿਰਪਾ ਕਰਕੇ ਇਸਨੂੰ ਜਲਦੀ ਤੋਂ ਜਲਦੀ ਨਿਬੇੜ ਕਰਾਉਣ ਦੀ ਕੋਸ਼ਿਸ਼ ਕੀਤੀ ਜਾਵੇ, ਤਾਂ ਕਿ ਜੋ ਸਾਡੇ ਵੀਰ ਰਣਜੀਤ ਸਿੰਘ ਜੀ ਨੇ ਇੱਥੇ ਸ਼ਹੀਦੀ ਵੀ ਦੇ ਦਿੱਤੀ ਹੈ, ਅਤੇ ਜੇ ਹੁਣ ਵੀ ਕੰਮ ਲੇਟ ਹੋ ਗਿਆ ਤਾਂ ਸਾਡੇ ਤੋਂ ਬਰਦਾਸ਼ਤ ਨਹੀਂ ਹੋਵੇਗਾ। ਤਾਂ ਕਿਰਪਾ ਕਰਕੇ ਬੇਨਤੀ ਹੈ ਕਿ ਟ੍ਰਾਂਸ ਫਾਰਮਰ ਇੱਕ ਹਫ਼ਤੇ ਦੇ ਅੰਦਰ ਅੰਦਰ ਇੱਥੋਂ ਸ਼ੁਰੂ ਕੀਤਾ ਜਾਵੇ। ਅਸੀਂ ਬੇਨਤੀ ਕਰਦੇ ਹਾਂ ਕਿ ਬਿਜਲੀ ਬੋਰਡ ਦੇ ਅਫਸਰ ਸਾਹਿਬਾਨ ਵੀ ਪਹੁੰਚ ਬੈਠੇ ਹਨ ਅਤੇ ਮੌਜੂਦਾ ਸਰਕਾਰ ਦੇ ਆਗੂ ਸਾਹਿਬਾਨ ਵੀ ਪਹੁੰਚੇ ਹਨ ਬੈਠੇ ਹਨ, ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਡਾ ਇਹ ਕੰਮ ਜਲਦੀ ਤੋਂ ਜਲਦੀ ਗੁਰੂ ਘਰ ਦਾ ਕੰਮ ਸ਼ੁਰੂ ਕਰਵਾਇਆ ਜਾਵੇ ਤਾਰਾ ਹਟਾ ਕੇ। ਇਹ ਸਿਰਫ ਤਾਰਾ ਹਟਾਉਣ ਕਰਕੇ ਕੰਮ ਰੁਕਿਆ ਹੋਇਆ ਸੀ, ਬੇਨਤੀ ਹੈ ਕਿ ਜਲਦੀ ਤੋਂ ਜਲਦੀ ਟ੍ਰਾਂਸਫਾਰਮ ਪਰ ਦਿੱਤਾ ਜਾਵੇ। ਅਤੇ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਸ਼੍ਰੀ ਗੁਰੂ ਅਰਦਾਸ ਸਭਾ ਵੱਲੋਂ ਸਮੂਹ ਮੈਂਬਰ ਸਾਹਿਬਾਨਾਂ ਦਾ, ਸਮੂਹ ਰਾਜਨੀਤਿਕ ਪਾਰਟੀਆਂ ਬੈਠੇ ਬੰਦੀਆਂ ਆਗੂ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸਾਡੀ ਸੰਸਥਾ ਦੇ ਅਤੇ ਸਾਡੇ ਪ੍ਰਧਾਨ ਸਰਦਾਰ ਕਿਸ਼ਨ ਸਿੰਘ ਜੀ ਫੌਜੀ ਉਹਨਾਂ ਦੇ ਦੁੱਖ ਵਿੱਚ ਸਹਿਯੋਗ ਦੇ ਕੇ ਉਹਨਾਂ ਨੂੰ ਹੌਸਲਾ ਦਿੱਤਾ ਹੈ। ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਅੱਜ ਸਾਡੇ ਦੁੱਖ ਦੀ ਘੜੀ ਸਾਡੇ ਨਾਲ ਖੜ੍ਹੇ ਹਨ। ਅਤੇ ਬਹੁਤ ਬਹੁਤ ਧੰਨਵਾਦ, ਬੇਨਤੀ ਹੈ ਕਿ ਜਿਨ੍ਹਾਂ ਨੇ ਗੁਰਕਾ ਲੰਗਰ ਨਹੀਂ ਛੱਡਿਆ ਕਿਰਪਾ ਕਰਕੇ ਗੁਰਕਾ ਲੰਗਰ ਛੱਡ ਲੈਣ, ਅਤੇ ਚਾਹ ਦਾ ਲੰਗਰ ਤਿਆਰ ਹੈ, ਕੋਈ ਵੀ ਮੇਰਾ ਵੀਰ ਮੇਰੀ ਭੈਣ ਗੁਰਕਾ ਲੰਗਰ ਛੱਡੇ ਬਗੈਰ ਨਾ ਜਾਵੇ। ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਰਣਜੀਤ ਸਿੰਘ ਅਮਰ ਰਹੇ, ਅਮਰ ਹੈ, ਅਮਰ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਲੜਕਾ ਜਿਹੜਾ ਉਹ ਆਗਿਆਕਾਰੀ ਵੀ ਸੀਗਾ ਔਰ ਸੰਸਕਾਰੀ ਵੀ ਸੀਗਾ ਔਰ ਅੰਮ੍ਰਿਤਧਾਰੀ ਵੀ ਸੀਗਾ। ਛੋਟੀ ਉਮਰ ਦੇ ਵਿੱਚ ਉਸਨੇ ਇਹੋ ਜਿਹਾ ਨਾਮ ਕਮਾਇਆ, ਉਸਨੇ ਆਪਣਾ ਨਾਮ ਵੀ ਰੋਸ਼ਨ ਕਰ ਗਿਆ ਔਰ ਸਾਡਾ ਨਾਮ ਜਿਹੜਾ ਹੈ ਰੋਸ਼ਨ ਕਰਕੇ ਗਿਆ ਹੈ। ਉਹ ਆਪਣੀ ਕੌਮ ਵਾਸਤੇ, ਆਪਣੇ ਪਰਿਵਾਰ ਵਾਸਤੇ ਬਹੁਤ ਕੁਛ ਕਰਕੇ ਗਿਆ, ਮੈਨੂੰ ਬੜੀ ਖੁਸ਼ੀ ਹੈ। ਦੁਨੀਆਂ ਜਾਂਦੀ ਹੈ ਪਰ ਇਸ ਬੰਦੇ ਨੇ ਸਾਡਾ ਨਾਂ ਰੋਸ਼ਨ ਕਰਿਆ, ਆਪਣਾ ਖੁਦ ਦਾ ਨਾਂ ਰੋਸ਼ਨ ਕਰਿਆ ਔਰ ਸਾਡੀ ਸੁੱਤੀ ਕੌਮ ਨੂੰ ਜਗਾ ਕੇ ਗਿਆ ਹੈ, ਸਾਨੂੰ ਬੜੀ ਖੁਸ਼ੀ ਹੈ। ਛੋਟੀ ਉਮਰ ਦੇ ਵਿੱਚ ਬਹੁਤ ਬੜਾ ਕੰਮ ਕਰ ਗਿਆ, ਸਾਨੂੰ ਬਹੁਤ ਖੁਸ਼ੀ ਹੈ।